ਸ਼ੇਰ ਨੂੰ ਸ਼ਿਕਾਰੀ ਦਾ ਦੇ ਹੱਥ ਪੈ ਜਾਵੇ, ਕਦਾ ਉਹ ਸ਼ੇਰ ਜਿਹੜਾ ਚੁੱਪ ਰਹਿ ਜਾਵੇ। ਪੁੱਤ ਮੇਰੇ ਭੁੱਲਦੇ ਨਾ ਕਦੇ ਬੈਰ ਨੂੰ, 21 ਸਾਲੀ ਚੱਕ ਲੈਂਦੇ ਉਡਵੈਰ ਨੂੰ। ਅਣਖਾਂ ਤੇ ਬਾਰ ਮੇਰੇ ਲਾਲ ਸਹਿੰਦੇ ਨਾ, ਭਾਜੀਆਂ ਮੋੜਨ ਤੀਕ ਚੁੱਪ ਬਹਿੰਦੇ ਨਾ। ਇਹ ਚੜ੍ਹਦੀ ਗਰਮੀ ਦੇ ਐਤਵਾਰ ਦੀ ਦੁਪਹਿਰ ਸੀ। ਬਾਗ ਵਿੱਚ ਗਹਿਮਾ ਗਹਿਮੀ ਦਾ ਮਾਹੌਲ ਸੀ। ਜਲਿਆਂਵਾਲਾ ਬਾਗ ਕਿਸੇ ਵੀ ਪੱਖੋਂ ਬਾਗ ਨਹੀਂ ਸੀ, ਜਿਵੇਂ ਕਿ ਇਸ ਦੇ ਨਾਮ ਤੋਂ ਲੱਗਦਾ ਹੈ। ਕਿਸੇ ਸਮੇਂ ਇਹ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿੱਚ ਵਕੀਲ ਰਹੇ ਸਰਦਾਰ ਹਮੀਦ ਸਿੰਘ ਜਲਿਆਂਵਾਲਿਆਂ ਦੀ ਮਲਕੀਅਤ ਸੀ। ਇਸ ਜਗ੍ਹਾ ਉਹਨਾਂ ਦਾ ਬਾਗ ਹੋਣ ਕਰਕੇ ਇਹਦਾ ਅਸਲ ਨਾਮ ਜਲਿਆਂਵਾਲਿਆਂ ਦਾ ਬਾਗ ਸੀ, ਪਰ ਇਸ ਸਮੇਂ ਇਹ ਬੇਕਾਰ ਪਈ 6-7 ਏਕੜ ਉੱਚੀ ਨੀਵੀਂ ਜ਼ਮੀਨ ਦਾ ਇੱਕ ਟੋਟਾ ਸੀ। ਅੰਗਰੇਜ਼ ਰਿਪੋਰਟਾਂ ਵਿੱਚ ਇਸ ਨੂੰ 3 ਫੁੱਟਬਾਲ ਗਰਾਊਂਡਾਂ ਜਿੰਨੀ ਜਗ੍ਹਾ ਵੀ ਲਿਖਦੇ ਹਨ। ਬਾਗ ਵਿੱਚ ਜਾਣ ਲਈ 5 ਭੀੜੇ ਰਾਹ ਸਨ, ਜਿਨ੍ਹਾਂ ਵਿੱਚੋਂ 4 ਆਮ ਤੌਰ 'ਤੇ ਬੰਦ ਰਹਿੰਦੇ ਸਨ। ਮੁੱਖ ਰਾਹ 7.5 ਫੁੱਟ ਚੌੜਾ ਸੀ। ਰਾਹ ਵਿੱਚੋਂ ਵੜਨਸਾਰ ਖੱਬੇ ਹੱਥ ਖੂਹ ਸੀ ਅਤੇ ਨਾਲ ਹੀ ਕੁਝ ਸ਼ਾਨਦਾਰ ਦਰਖਤ ਸਨ, ਜਿੱਥੇ ਸਟੇਜ ਲੱਗੀ ਹੋਈ ਸੀ। ਲੱਕੜ ਮੰਡੀ ਬਾਜ਼ਾਰ ਵਾਲੇ ਪਾਸੇ ਇੱਕ 4.5 ਫੁੱਟ ਚੌੜਾ ਲੋਹੇ ਦਾ ਗੇਟ ਸੀ, ਪਰ ਉਸ ਦਿਨ ਇਸ ਨੂੰ ਜ਼ਿੰਦਾ ਲੱਗਿਆ ਹੋਇਆ ਸੀ। ਇੰਨਾ ਹੀ ਚੌੜਾ ਇੱਕ ਗੇਟ ਬੁਰਜ ਮੇਵਾ ਸਿੰਘ ਵਾਲੇ ਪਾਸੇ, ਜਿੱਥੇ ਦਰਬਾਰ ਸਾਹਿਬ ਨੂੰ ਪਾਣੀ ਲਿਜਾਣ ਵਾਲੀ ਹੰਸਲੀ ਸੀ, ਉੱਥੇ ਲੱਗਿਆ ਹੋਇਆ ਸੀ। ਉਹ ਵੀ ਉਸ ਦਿਨ ਬੰਦ ਸੀ। ਇਤਿਹਾਸਕਾਰ ਇਸ ਗੱਲ ਬਾਰੇ ਇੱਕਮਤ ਨਹੀਂ ਹਨ ਕਿ ਇਸ ਗੇਟ ਨੂੰ ਜ਼ਿੰਦਾ ਲੱਗਿਆ ਸੀ ਜਾਂ ਹਫੜਾ ਦਫੜੀ ਵਿੱਚ ਲੋਕ ਖੋਲ ਨਹੀਂ ਸਕੇ। ਬਾਅਦ ਵਿੱਚ ਹੰਟਰ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਕਸ਼ੇ ਵਿੱਚ ਇਸ ਗੇਟ 'ਤੇ ਜ਼ਿੰਦਾ ਲੱਗੇ ਹੋਣ ਦਾ ਜ਼ਿਕਰ ਨਹੀਂ ਹੈ। ਬਾਕੀ ਸਾਰੇ ਪਾਸੇ ਉੱਚੀਆਂ ਕੰਧਾਂ ਸਨ, ਕਈ ਥਾਈਂ ਤਾਂ 2-3 ਮੰਜ਼ਲੇ ਘਰ ਸਨ। ਇਸ ਕਰਕੇ ਬਾਗ ਨੂੰ ਜਾਣ ਆਉਣ ਲਈ ਇੱਕੋ ਰਾਹ ਬਚਦਾ ਸੀ, ਪਰ ਉੱਥੇ ਜਨਰਲ ਡਾਇਰ ਦੇ ਸਿਪਾਹੀ ਕਾਬਜ਼ ਹੋ ਗਏ ਸਨ। ਖੈਰ, ਹੰਸਰਾ ਜਲਸੇ ਦੇ ਇੰਤਜ਼ਾਮ ਕਰਵਾਉਣ ਵਿੱਚ ਕਾਫ਼ੀ ਰੁੱਝਿਆ ਹੋਇਆ ਸੀ। ਖੂਹ ਦੇ ਨੇੜੇ ਬੁਲਾਰਿਆਂ ਦੇ ਬੋਲਣ ਲਈ ਮੰਚ ਤਿਆਰ ਕੀਤਾ ਜਾ ਰਿਹਾ ਸੀ। ਕੁਝ ਸੇਵਾਦਾਰ ਝਾੜੂ ਲਗਾ ਰਹੇ ਸਨ। ਨੇੜੇ ਦੇ ਅਨਾਥ ਆਸ਼ਰਮ ਵਿੱਚੋਂ ਆਇਆ ਇੱਕ 19 ਸਾਲਾਂ ਦਾ ਨੌਜਵਾਨ ਜਲਸੇ ਵਿੱਚ ਆਉਣ ਵਾਲੀ ਸੰਗਤ ਲਈ ਪਾਣੀ ਦਾ ਇੰਤਜ਼ਾਮ ਕਰਨ ਵਿੱਚ ਰੁੱਝਿਆ ਹੋਇਆ ਸੀ। ਇਸ ਦਾ ਨਾਮ ਸਰਦਾਰ ਊਧਮ ਸਿੰਘ ਸੀ। ਲੋਕਾਂ ਨੇ ਵੇਖਿਆ ਕਿ ਜਲਸਾ ਸ਼ੁਰੂ ਹੋਣ ਤੋਂ ਕੁਝ ਪਲ ਪਹਿਲਾਂ ਹੰਸਰਾਜ CID ਦੇ 2 ਅਫਸਰਾਂ ਨਾਲ ਗੁਫ਼ਤਗੂ ਕਰ ਰਿਹਾ ਹੈ। ਹੰਸਰਾਜ ਇਸ ਗੈਰ ਕਾਨੂੰਨੀ ਜਲਸੇ ਦਾ ਕਰਤਾ ਧਰਤਾ ਸੀ, ਇਸ ਕਰਕੇ ਉਸ ਦੀ ਇਸ ਹਰਕਤ ਦਾ ਕਿਸੇ ਨੇ ਬਹੁਤਾ ਨੋਟਿਸ ਨਾ ਲਿਆ। ਪੁਲਿਸ ਦੇ 3 ਹੋਰ ਸੂਈਏ ਰੈਜੁਲ ਹਸਨ ਦੇ ਘਰ ਦੀ ਦੂਸਰੀ ਮੰਜ਼ਿਲ 'ਤੇ ਲੁਕੇ ਬੈਠੇ ਸਨ। ਉਹਨਾਂ ਨੇ ਰੈਜੁਲ ਹਸਨ ਨੂੰ ਘਰ ਦੇ ਬਾਹਰ ਰਾਖੀ ਲਈ ਖੜਾਇਆ ਹੋਇਆ ਸੀ। ਇੱਕ ਵਿਅਕਤੀ ਖੁਸ਼ਹਾਲ ਸਿੰਘ ਜਦੋਂ ਬਾਗ ਵਿੱਚ ਆਉਣ ਲੱਗਿਆ ਤਾਂ ਉਹ ਆਪਣੇ ਮਿੱਤਰ ਨਾਲ ਟਕਰਾ ਗਿਆ, ਜਿਹੜਾ ਰੈਜੁਲ ਹਸਨ ਨਾਲ ਗੱਲਬਾਤ 'ਚ ਮਸ਼ਰੂਫ ਸੀ। ਉਸਨੇ ਖੁਸ਼ਹਾਲ ਸਿੰਘ ਨੂੰ ਸਲਾਹ ਦਿੱਤੀ ਕਿ ਆਪਣੇ ਘਰ ਚਲਾ ਜਾਵੇ, ਉਹਨੂੰ ਪਤਾ ਲੱਗਿਆ ਹੈ ਕਿ ਜਲਦੀ ਹੀ ਫੌਜੀ ਆ ਰਹੇ ਹਨ, ਇੱਥੇ ਗੋਲੀ ਚੱਲ ਸਕਦੀ ਹੈ। ਖੁਸ਼ਹਾਲ ਸਿੰਘ ਨੇ ਸਲਾਹ ਮੰਨੀ ਅਤੇ ਉੱਥੋਂ ਨਿਕਲ ਗਿਆ। ਵਰਣਯੋਗ ਹੈ ਕਿ ਇਹ ਗਵਾਹੀਆਂ ਬਾਅਦ ਵਿੱਚ ਸਾਕੇ ਦੀ ਛਾਣਬੀਨ ਦੌਰਾਨ ਡਿਸਆਰਡਰ ਇਨਕੁਆਇਰੀ ਕਮੇਟੀ ਕੋਲ ਦਰਜ ਹੋਈਆਂ ਹਨ। ਲੋਕਾਂ ਦੀ ਭੀੜ ਬਾਰੇ ਅੰਦਾਜ਼ੇ ਵੱਖੋ ਵੱਖਰੇ ਹਨ। ਕੋਈ 15,000 ਕਹਿੰਦਾ ਹੈ ਅਤੇ ਕੋਈ 50,000। ਜਨਰਲ ਡਾਇਰ ਅਤੇ ਕੈਪਟਨ ਬ੍ਰਿਕਸ 5,000 ਦੱਸਦੇ ਹਨ। ਜਿੰਨੇ ਵੀ ਸਨ ਸਾਰੇ ਸਰੋਤੇ ਨਹੀਂ ਸਨ। ਕੋਈ ਅੱਧ ਪਚੱਦਾ ਸੁਣ ਰਿਹਾ ਸੀ, ਕੋਈ ਸੁੱਤਾ ਪਿਆ ਸੀ, ਕਿਤੇ ਬਜ਼ੁਰਗ ਤਾਸ਼ ਖੇਡ ਰਹੇ ਸਨ, ਕੋਈ ਦਰਬਾਰ ਸਾਹਿਬ ਗਏ ਆਪਣੇ ਸਕੇ ਸੰਬੰਧੀਆਂ ਦੇ ਜੋੜਿਆਂ ਦੀ ਰਾਖੀ ਬੈਠਾ ਸੀ, ਕੁਝ ਨਿੱਕੇ ਬੱਚੇ ਮੋਢਿਆਂ 'ਤੇ ਚੜ੍ਹ ਕੇ ਨਜ਼ਾਰਾ ਵੇਖ ਰਹੇ ਸਨ। ਇੱਧਰ ਜਨਰਲ ਡਾਇਰ ਰਾਮਬਾਗ ਆਰਮੀ ਹੈੱਡਕੁਆਰਟਰ ਵਿੱਚ ਬੈਠਾ ਸੀ। ਭੀੜ ਦਾ ਅੰਦਾਜ਼ਾ ਲਾਉਣ ਲਈ ਇੱਕ ਜਹਾਜ਼ ਨੂੰ ਜਲਿਆਂਵਾਲਾ ਬਾਗ ਉੱਤੇ ਗਸ਼ਤੀ ਉਡਾਉਣ ਲਈ ਰਵਾਨਾ ਕੀਤਾ ਗਿਆ। ਬ੍ਰਿਗੇਡੀਅਰ ਜਨਰਲ ਡਾਇਰ ਨੇ ਯੋਜਨਾ ਨੂੰ 2 ਭਾਗਾਂ ਵਿੱਚ ਵੰਡਿਆ। 50 ਜਵਾਨਾਂ ਦੀ ਇੱਕ ਸਪੈਸ਼ਲ ਹਥਿਆਰਬੰਦ ਫੋਰਸ, ਜਿਸ ਵਿੱਚ 9th ਗੋਰਖਾ ਰਾਈਫਲ ਦੇ 25 ਗੋਰਖੇ ਜਵਾਨ ਅਤੇ 54 ਸਿੱਖ ਰੈਜੀਮੈਂਟ ਅਤੇ 59th ਸਾਈਂਡ ਰਾਈਫਲ ਦੇ ਸਾਂਝੇ 25 ਜਵਾਨ, ਜੋ ਕਿ ਬਲੋਚ ਅਤੇ ਪਠਾਨ ਸਨ, ਨੂੰ ਰਾਈਫਲਾਂ ਅਤੇ ਗੋਲੀ ਸਿੱਕੇ ਸਮੇਤ ਤਿਆਰ ਰਹਿਣ ਲਈ ਕਿਹਾ ਗਿਆ। ਜਦਕਿ ਹਿਫਾਜ਼ਤ ਵਜੋਂ 40 ਹੋਰ ਗੋਰਖੇ, ਜਿਨ੍ਹਾਂ ਕੋਲ ਕੇਵਲ ਕਿਰਚਾਂ ਸਨ, ਨੂੰ ਵੀ ਤਿਆਰ ਕੀਤਾ ਗਿਆ।
54 ਸਿੱਖ ਰੈਜੀਮੈਂਟ ਅਤੇ 59th ਸਾਈਂਡ ਰਾਈਫਲ ਦਾ ਸੀਨੀਅਰ ਅਫਸਰ ਕਿਉਂਕਿ ਭਾਰਤੀ ਸੀ, ਇਸ ਲਈ ਉਸਦੀ ਜਗ੍ਹਾ ਸਾਰੇ ਫੌਜੀਆਂ ਦੀ ਕਮਾਂਡ ਗੋਰਖਿਆਂ ਦੇ ਕੈਪਟਨ ਕ੍ਰਿੰਪਟਨ ਨੂੰ ਸੌਂਪੀ ਗਈ। ਇੱਥੇ 54 ਸਿੱਖ ਰੈਜੀਮੈਂਟ ਬਾਰੇ ਥੋੜ੍ਹੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਬਾਰੇ ਕੁਝ ਇਤਿਹਾਸਕਾਰਾਂ ਨੇ ਨੰਗੀ ਚਿੱਟੀ ਬੇਈਮਾਨੀ ਕੀਤੀ ਹੈ। ਉਹ ਕਹਿੰਦੇ ਹਨ ਕਿ ਜਦੋਂ ਜਨਰਲ ਡਾਇਰ ਨੇ ਜਲਿਆਂਵਾਲਾ ਬਾਗ ਗੋਲੀ ਚਲਾਈ ਤਾਂ ਉਸਦੇ ਨਾਲ 50 ਹਥਿਆਰਬੰਦ ਸਿਪਾਹੀ ਸਨ, 25 9th ਗੋਰਖਾ ਰਾਈਫਲਜ਼ ਦੇ ਅਤੇ ਬਾਕੀ 25 59th ਸਾਈਂਡ ਰਾਈਫਲ ਅਤੇ 54 ਸਿੱਖ ਰੈਜੀਮੈਂਟ ਦੇ ਸਨ। ਇੱਥੋਂ ਤੱਕ ਗੱਲ ਸਹੀ ਹੈ, ਪਰ ਅੱਗੇ ਜਾ ਕੇ ਘੁੰਡੀ ਇਹ ਹੈ ਕਿ 54 ਸਿੱਖ ਰੈਜੀਮੈਂਟ 1846-47 ਵਿੱਚ ਕੈਪਟਨ ਮਕੈਂਜੀ ਨੇ ਲੁਧਿਆਣਾ ਵਿੱਚ ਸਥਾਪਿਤ ਕੀਤੀ ਸੀ। ਇਸ ਵਿੱਚ 1903 ਤੱਕ ਸੋਧਾਂ ਹੁੰਦੀਆਂ ਰਹੀਆਂ। ਇਸ ਰੈਜੀਮੈਂਟ ਦਾ ਨਾਮ ਸਿੱਖਾਂ ਦੇ ਨਾਮ 'ਤੇ ਜ਼ਰੂਰ ਸੀ, ਪਰ ਇਹ 4 ਕੰਪਨੀਆਂ ਦਾ ਗੱਠਜੋੜ ਸੀ। ਇਸ ਵਿੱਚ 2 ਕੰਪਨੀਆਂ ਸਿੱਖਾਂ ਦੀਆਂ ਸਨ, ਅੱਧੀ ਕੰਪਨੀ ਡੋਗਰਿਆਂ ਦੀ ਸੀ, 1 ਕੰਪਨੀ ਪੰਜਾਬੀ ਮੁਸਲਮਾਨਾਂ ਦੀ ਸੀ ਅਤੇ ਅੱਧੀ ਕੰਪਨੀ ਪਠਾਣਾਂ ਦੀ ਸੀ। ਇਸ ਗੱਲ ਦੇ ਗਵਾਹ ਅਤੇ ਤੱਥ ਮੌਜੂਦ ਹਨ ਕਿ ਜਲਿਆਂਵਾਲਾ ਬਾਗ ਵਿੱਚ ਜਨਰਲ ਡਾਇਰ ਦੇ ਨਾਲ ਜਾ ਕੇ ਗੋਲੀ ਚਲਾਉਣ ਵਾਲੇ ਸਿਪਾਹੀ ਗੋਰਖੇ, ਪਠਾਣ ਅਤੇ ਬਲੋਚ ਸਨ। ਇਸ ਚੋਣ ਦਾ ਵੀ ਇੱਕ ਕਾਰਨ ਸੀ। ਗੁੱਚੜ ਆਫ ਅੰਮ੍ਰਿਤਸਰ ਦਾ ਲਿਖਾਰੀ ਲਿਖਦਾ ਹੈ ਕਿ ਡਾਇਰ ਨੇ ਫੋਰਸ ਦੀ ਚੋਣ ਬਹੁਤ ਸਾਵਧਾਨੀ ਨਾਲ ਕੀਤੀ ਸੀ, ਕੋਈ ਸਿਪਾਹੀ ਬ੍ਰਿਟਿਸ਼ ਨਹੀਂ ਸੀ। ਇਹਦਾ ਵੀ ਇੱਕ ਕਾਰਨ ਸੀ, ਜਦੋਂ ਦੇਰ ਰਾਤ ਉਡਵਾਇਰ ਕੋਲ ਗੋਲੀਬਾਰੀ ਦੀ ਖਬਰ ਪਹੁੰਚੀ ਤਾਂ ਉਹਦਾ ਪਹਿਲਾ ਸਵਾਲ ਇਹੀ ਸੀ ਕਿ ਫਾਇਰਿੰਗ ਕਰਨ ਵਾਲੇ ਫੌਜੀ ਬ੍ਰਿਟਿਸ਼ ਤਾਂ ਨਹੀਂ ਸਨ। ਖੈਰ, ਇੱਕ ਸਥਾਨਕ ਬਾਣੀਏ ਗਰਧਾਰੀ ਲਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਦੋਂ ਰਾਮਬਾਗ 'ਚੋਂ ਫੋਰਸ ਨਿਕਲੀ ਤਾਂ ਇਸ ਵਿੱਚ ਗੋਰਖੇ ਅਤੇ ਬਲੋਚ ਸਨ। ਗੋਰਖੇ ਇੰਡੀਪੈਂਡੈਂਟ ਕਿੰਗਡਮ ਆਫ ਨੇਪਾਲ ਤੋਂ ਸਨ, ਜਿਨ੍ਹਾਂ ਦਾ ਭਾਰਤੀਆਂ ਨਾਲ ਬਹੁਤਾ ਲਗਾਓ ਨਹੀਂ ਸੀ ਅਤੇ ਬਲੋਚਾਂ ਦਾ ਵੀ ਸਥਾਨਕ ਲੋਕਾਂ ਨਾਲ ਕੋਈ ਮੋਹ ਦਾ ਰਿਸ਼ਤਾ ਨਹੀਂ ਸੀ। ਕਰਨਲ ਮੌਰਗਨ ਦਾ ਕਹਿਣਾ ਸੀ ਕਿ ਗੋਰਖਿਆਂ ਤੋਂ ਬਿਨਾਂ ਬਾਕੀ ਜਵਾਨ ਨੌਰਥ ਵੈਸਟ ਫਰੰਟੀਅਰ ਦੇ ਪਠਾਣ ਸਨ। ਡਿਸਆਰਡਰ ਇਨਕੁਆਇਰੀ ਕਮੇਟੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡਾਇਰ ਦੇ ਨਾਲ ਜਾਣ ਵਾਲੇ ਫੌਜੀ ਗੋਰਖੇ ਅਤੇ ਬਲੋਚ ਸਨ। ਮੁੱਕਦੀ ਗੱਲ ਇਹ ਹੈ ਕਿ ਡਾਇਰ ਦਾ ਮਕਸਦ ਸੀ ਕਿ ਅੰਮ੍ਰਿਤਸਰ ਦੇ ਲੋਕਾਂ 'ਤੇ ਗੋਲੀ ਚਲਾਉਣ ਵੇਲੇ ਕੋਈ ਫੌਜੀ ਝਿਜਕ ਮਹਿਸੂਸ ਨਾ ਕਰੇ। ਯੋਜਨਾ ਦਾ ਦੂਜਾ ਅਧਿਆਇ ਸੀ ਕਿ ਜਨਰਲ ਡਾਇਰ ਨੇ ਕਰਨਲ ਮੌਰਗਨ ਨੂੰ ਕਿਹਾ ਕਿ ਸੁਲਤਾਨਵਿੰਡ ਗੇਟ, ਲੋਹਗੜ੍ਹ ਗੇਟ, ਹਾਥੀ ਗੇਟ, ਲਾਹੌਰੀ ਗੇਟ, ਖਜ਼ਾਨਾ ਗੇਟ, ਮਹਾਂ ਸਿੰਘ ਗੇਟ ਸਮੇਤ ਸ਼ਹਿਰ ਦੇ ਸਾਰੇ ਪ੍ਰਮੁੱਖ ਦਰਵਾਜ਼ਿਆਂ ਦੇ ਉੱਤੇ ਫੌਜ ਕਬਜ਼ਾ ਕਰ ਲਵੇ ਤਾਂ ਜੋ ਨੇੜਲੇ ਪਿੰਡਾਂ ਵਿੱਚੋਂ ਲੋਕ ਹਮਲਾਵਰ ਨਾ ਹੋ ਜਾਣ। 4 ਵਜੇ ਦੇ ਕਰੀਬ ਕ੍ਰਾਊਨ ਸਿਨੇਮੇ ਦਾ ਮੈਨੇਜਰ ਮਿਸਟਰ ਲੂਇਸ ਜਨਰਲ ਡਾਇਰ ਕੋਲ ਆਇਆ ਅਤੇ ਜਲਸਾ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ। 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਸ਼ਾਮ 4:30 ਵਜੇ ਦੇ ਕਰੀਬ ਬ੍ਰਿਗੇਡੀਅਰ ਜਨਰਲ ਰੈਜੀਨਲਡ ਐਡਵਰਡ ਹੈਰੀ ਡਾਇਰ ਦਾ ਫੌਜੀ ਕਾਫਲਾ ਅੰਮ੍ਰਿਤਸਰ ਦੇ ਲੋਕਾਂ ਨੂੰ ਸਬਕ ਸਿਖਾਉਣ ਲਈ ਪੂਰੀ ਤਿਆਰੀ ਨਾਲ ਰਾਮਬਾਗ ਵਿੱਚੋਂ ਨਿਕਲਿਆ। ਜਨਰਲ ਡਾਇਰ ਦੇ ਨਾਲ ਉਸਦੀ ਕਾਰ ਵਿੱਚ ਉਸਦਾ ਨਿੱਜੀ ਬਾਡੀਗਾਰਡ ਲੰਡਨ ਰੈਜੀਮੈਂਟ ਦਾ ਸਾਰਜੈਂਟ ਵਿਲੀਅਮ ਐਂਡਰਸਨ, ਲੈਫਟੀਨੈਂਟ ਕਰਨਲ ਮੌਰਗਨ ਅਤੇ ਬ੍ਰਿਗੇਡ ਮੇਜਰ ਕੈਪਟਨ ਬ੍ਰਿਗਸ ਸਨ। ਦੂਜੀ ਕਾਰ ਵਿੱਚ ਮਿਸਟਰ ਜੇ ਐਫ ਰੀਹਲ ਸੁਪਰਡੈਂਟ ਆਫ ਪੁਲਿਸ ਅਤੇ ਮਿਸਟਰ ਪਲੂਮਰ ਡਿਪਟੀ ਸੁਪਰਡੈਂਟ ਬੈਠੇ ਸਨ। ਇਸ ਤੋਂ ਪਿੱਛੇ 2 ਵਕਤਰਬੰਦ ਗੱਡੀਆਂ ਸਨ। ਹਾਲ ਬਾਜ਼ਾਰ ਥਾਣੀ ਹੁੰਦਾ ਹੋਇਆ ਇਹ ਕਾਫਲਾ ਅੱਗੇ ਵੱਧ ਰਿਹਾ ਸੀ। ਇਹ ਵੀ ਇੱਕ ਵੱਡਾ ਸਵਾਲ ਸੀ ਕਿ ਸ਼ਹਿਰ ਦਾ ਸਭ ਤੋਂ ਮਹੱਤਵਪੂਰਨ ਸਿਵਲ ਅਧਿਕਾਰੀ ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਗੈਰ ਹਾਜ਼ਰ ਸੀ। ਡਾਇਰ ਦੀ ਜੇਬ ਵਿੱਚ ਉਹ ਅਥਾਰਟੀ ਲੈਟਰ ਜ਼ਰੂਰ ਸੀ ਜਿਸ ਰਾਹੀਂ ਇਰਵਿੰਗ ਨੇ ਸਾਰੇ ਅਧਿਕਾਰ ਉਸਨੂੰ ਸੌਂਪੇ ਸਨ, ਪਰ ਦੋਵਾਂ ਵਿੱਚ ਜਵਾਨੀ ਸਹਿਮਤੀ ਵੀ ਬਣੀ ਸੀ ਕਿ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਡਾਇਰ ਡਿਪਟੀ ਕਮਿਸ਼ਨਰ ਦੀ ਸਲਾਹ ਜ਼ਰੂਰ ਲਵੇਗਾ, ਕਿਉਂਕਿ ਸਰਕਾਰ ਵੱਲੋਂ ਅਜੇ ਤੱਕ ਸ਼ਹਿਰ ਵਿੱਚ ਮਾਰਸ਼ਲ ਲਾਅ ਡਿਕਲੇਅਰ ਨਹੀਂ ਸੀ ਕੀਤਾ ਗਿਆ। ਦਿਲਚਸਪ ਤੱਥ ਇਹ ਸੀ ਕਿ ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਇਸ ਸਮੇਂ ਗੋਬਿੰਦਗੜ੍ਹ ਦੇ ਕਿਲੇ ਵਿੱਚ ਸੁੱਤਾ ਪਿਆ ਸੀ। ਕਤਲੇਆਮ ਤੋਂ ਕੁਝ ਦਿਨ ਬਾਅਦ ਨੈਸ਼ਨਲ ਬੈਂਕ ਦੇ ਨਵੇਂ ਮੈਨੇਜਰ ਜੇ ਡਬਲਯੂ ਫਲੈਕਰ ਕੋਲ ਇਰਵਿੰਗ ਨੇ ਕਿਹਾ ਕਿ ਉਹ ਪਿਛਲੇ 4 ਦਿਨਾਂ ਤੋਂ ਅਨਿੰਦਰਾ ਹੋਣ ਕਰਕੇ 13 ਤਰੀਕ ਨੂੰ ਦੁਪਹਿਰੋਂ ਬਾਅਦ ਜਾ ਕੇ ਸੌਂ ਗਿਆ ਸੀ। ਕਾਫਲਾ ਬਾਗ ਕੋਲ ਪਹੁੰਚ ਚੁੱਕਿਆ ਸੀ। ਮਸ਼ੀਨ ਗੰਜ ਨਾਲ ਲੈਸ 2 ਵਕਤਰਬੰਦ ਗੱਡੀਆਂ ਅੰਦਰ ਨਹੀਂ ਲਿਜਾਈਆਂ ਜਾ ਸਕੀਆਂ। ਇਹਨਾਂ ਦੀ ਰਾਖੀ ਲਈ 2 ਪੁਲਿਸ ਅਧਿਕਾਰੀਆਂ ਅਸ਼ਰਫ ਖਾਨ ਅਤੇ ਉਬੈਦੁੱਲਾ ਨੂੰ ਬਾਹਰ ਖੜ੍ਹਾ ਕੀਤਾ ਗਿਆ।
ਉਧਰ ਜਲਿਆਂਵਾਲਾ ਬਾਗ ਦੇ ਅੰਦਰਲੇ ਮਾਹੌਲ ਬਾਰੇ ਐਲਫਰਡ ਰੈਪਰ ਲਿਖਦਾ ਹੈ ਕਿ ਜਲਸਾ ਸ਼ੁਰੂ ਹੋ ਚੁੱਕਿਆ ਸੀ। ਥੋੜ੍ਹੀ ਦੇਰ ਬਾਅਦ ਇੱਕ ਅਜੀਬ ਭਾਰੀ ਆਵਾਜ਼ ਸੁਣਾਈ ਦਿੱਤੀ। ਇੱਕ ਜਹਾਜ਼ ਬਹੁਤ ਨੀਵਾਂ ਹੋ ਕੇ ਬਾਗ ਉੱਤੋਂ ਦੀ ਉੱਡ ਰਿਹਾ ਸੀ। ਕੁਛ ਬੰਦਿਆਂ ਨੇ ਸਹੁੰ ਖਾ ਕੇ ਇਸ ਗੱਲ ਦੀ ਗਵਾਹੀ ਭਰੀ ਕਿ ਉਹਨਾਂ ਵੇਖਿਆ ਹੰਸ ਰਾਜ ਜਹਾਜ਼ ਵੱਲ ਇੱਕ ਰੁਮਾਲ ਹਿਲਾ ਰਿਹਾ ਸੀ। ਕੁਝ ਨੇ ਕਿਹਾ ਕਿ ਜਹਾਜ਼ ਦੇ ਗੇੜਾ ਦੇਣ ਨਾਲ ਬਾਗ ਵਿੱਚ ਖੜ੍ਹੇ ਸਿਪਾਹੀ ਉੱਥੋਂ ਚਲੇ ਗਏ। ਹੁਣ ਕੁਛ ਹੋਰ ਲੋਕਾਂ ਨੇ ਵੀ ਘਰ ਜਾਣਾ ਬਿਹਤਰ ਸਮਝਿਆ। ਉਹਨਾਂ 'ਚੋਂ ਹੀ ਇੱਕ ਸੀ ਲਾਲਾ ਮੋਹਨ ਲਾਲ ਖੱਤਰੀ ਦਾ ਪੁੱਤਰ ਮੂਲ ਚੰਦ। ਜਦੋਂ ਉਹ ਜਾਣ ਲੱਗਿਆ ਤਾਂ ਹੰਸ ਰਾਜ ਨੇ ਰੋਕਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਹ ਸਿਰਫ ਆਪਣੀ ਡਿਊਟੀ ਕਰ ਰਹੇ ਹਨ, ਸਾਨੂੰ ਆਪਣੀ ਜਗ੍ਹਾ ਬੈਠੇ ਰਹਿਣਾ ਚਾਹੀਦਾ ਹੈ। ਰੌਲਾ ਪਿਆ ਤਾਂ ਜ਼ਰੂਰ, ਪਰ ਜਹਾਜ਼ ਦੇ ਅੱਖੋਂ ਓਹਲੇ ਹੋ ਜਾਣ ਨਾਲ ਫਿਰ ਟਿਕਟਕਾ ਹੋ ਗਿਆ। ਜਹਾਜ਼ ਦੀ ਆਵਾਜ਼ ਕਰਕੇ ਰੁਕੇ ਵਕਤ ਅਖਬਾਰ ਦੇ ਸੰਪਾਦਕ ਦੁਰਗਾਦਾਸ ਨੇ ਮੰਚ ਤੋਂ ਤੀਜਾ ਮਤਾ ਪੜ੍ਹਨਾ ਸ਼ੁਰੂ ਕੀਤਾ। ਅਚਾਨਕ ਭਾਰੇ ਬੂਟਾਂ ਦੀ ਗੜਗੜਾਹਟ ਨੇ ਲੋਕਾਂ ਦਾ ਧਿਆਨ ਖਿੱਚਿਆ। ਸਟੇਜ ਦੇ ਕੋਲ ਖੜ੍ਹੇ ਲੋਕਾਂ ਨੇ ਬਾਅਦ 'ਚ ਗਵਾਹੀ ਭਰੀ ਕਿ ਹੰਸ ਰਾਜ ਨੇ ਫੌਜੀਆਂ ਵੱਲ ਵੇਖ ਕੇ ਫਿਰ ਰੁਮਾਲ ਹਿਲਾਇਆ। ਸਮਾਂ ਤਕਰੀਬਨ 5:15 ਦਾ ਸੀ। ਲੋਕਾਂ ਨੇ ਆ ਗਏ ਦਾ ਰੌਲਾ ਪਾਉਂਦਿਆਂ ਨਿਕਲ ਜਾਣ ਦੀ ਕੋਸ਼ਿਸ਼ ਕੀਤੀ। ਹੰਸ ਰਾਜ ਉੱਚੀ ਆਵਾਜ਼ 'ਚ ਬੋਲਿਆ, ਡਰੋ ਨਾ, ਬੈਠ ਜਾਓ, ਸਰਕਾਰ ਗੋਲੀ ਨਹੀਂ ਚਲਾਏਗੀ। ਕੈਪਟਨ ਬ੍ਰਿਕਸ ਦੱਸਦੇ ਹਨ ਕਿ ਜਨਰਲ ਡਾਇਰ ਨੇ ਭੀੜ ਨੂੰ ਵੇਖਣ ਸਾਰ ਹੀ ਗੋਲੀ ਚਲਾਉਣ ਦਾ ਮਨ ਬਣਾ ਲਿਆ ਸੀ। ਪੰਜਾਬ ਸਰਕਾਰ ਦੇ ਚੀਫ ਸੈਕਟਰੀ JP ਥਾਂਪਸਨ ਕੋਲ ਡਾਇਰ ਨੇ ਦੱਸਿਆ ਕਿ ਉਹਨੇ ਗੋਲੀ ਚਲਾਉਣ ਦਾ ਫੈਸਲਾ 30 ਸੈਕਿੰਡ ਵਿੱਚ ਹੀ ਲੈ ਲਿਆ ਸੀ। ਡਾਇਰ ਸੰਘ ਪਾੜਵੀ ਆਵਾਜ਼ 'ਚ ਗਰਜਿਆ, ਗੋਰਖਾ ਰਾਈਟ, ਫਰੰਟੀਅਰ ਫੋਰਸ ਲੈਫਟ। ਡਾਇਰ ਨੇ ਕੈਪਟਨ ਬ੍ਰਿਕਸ ਨੂੰ ਪੁੱਛਿਆ, ਕਿੰਨੇ ਕੁ ਲੋਕ ਹੋਣਗੇ? ਮੈਨੂੰ ਲੱਗਦਾ 5,000। ਬ੍ਰਿਕਸ ਨੇ ਜਵਾਬ ਦਿੱਤਾ। ਜਲਿਆਂਵਾਲਾ ਬਾਗ ਦੀ ਪੱਛਮੀ ਵਾਹੀ 'ਤੇ ਖੜ੍ਹੀ ਫੌਜ ਨੇ ਡਾਇਰ ਦੇ ਸੱਜੇ ਖੱਬੇ ਖੜ੍ਹਦਿਆਂ ਰਫਲਾਂ ਤਾਣ ਲਈਆਂ। ਹੰਸ ਰਾਜ ਨੇ ਸਟੇਜ ਤੋਂ ਥੱਲੇ ਛਾਲ ਮਾਰੀ ਅਤੇ ਬੋਲਿਆ, ਬੰਦੂਕਾਂ ਖਾਲੀ ਹਨ, ਅਤੇ ਆਪ ਉੱਥੋਂ ਗਾਇਬ ਹੋ ਗਿਆ। ਮਸਲਾ ਇਹ ਸੀ ਕਿ ਹੰਸ ਰਾਜ ਬੰਦੂਕਾਂ ਖਾਲੀ ਹਨ, ਉਹ ਡਰਾਉਂਦੇ ਹਨ, ਘਬਰਾਓ ਨਾ ਵਰਗੀਆਂ ਗੱਲਾਂ ਕਰਕੇ ਲੋਕਾਂ ਨੂੰ ਜ਼ਬਰਦਸਤੀ ਬੈਠਣ ਲਈ ਕਹਿੰਦਾ ਰਿਹਾ, ਪਰ ਆਪ ਭੱਜ ਗਿਆ। ਰੋਪਰਟ ਫਰਨੈਕਸ ਦੀ ਕਿਤਾਬ ਮਾਸਕੇਅਰ ਐਟ ਅੰਮ੍ਰਿਤਸਰ ਮੁਤਾਬਕ ਸੋਹਣ ਲਾਲ ਬੇਕਰੀ ਵਾਲਾ ਦੱਸਦਾ ਹੈ ਕਿ ਹੰਸ ਰਾਜ ਉਹਦੇ ਨਾਲ ਕੰਧ ਟੱਪਿਆ ਸੀ। 10 ਅਪ੍ਰੈਲ ਨੂੰ ਲੁੱਟੀ ਗਈ ਇੱਕ ਬੈਂਕ, ਜਿਸਦਾ ਗੋਰਾ ਮੈਨੇਜਰ ਭੀੜ ਨੇ ਕੁਚਲ ਕੇ ਮਾਰ ਦਿੱਤਾ ਸੀ, ਉਸੇ ਬੈਂਕ ਦਾ ਕਲਰਕ ਰਿਜ ਗੋਪੀਨਾਥ ਅੱਜ ਜਲਿਆਂਵਾਲਾ ਬਾਗ ਦੇ ਇਕੱਠ ਵਿੱਚ ਸਟੇਜ 'ਤੇ ਖੜ੍ਹਾ ਫਰਿਆਦ ਨਾਮ ਦੀ ਕਵਿਤਾ ਪੜ੍ਹ ਰਿਹਾ ਸੀ। ਬ੍ਰਿਗੇਡੀਅਰ ਜਨਰਲ ਡਾਇਰ ਨੇ ਬਿਨਾਂ ਕਿਸੇ ਚੇਤਾਵਨੀ ਦੇ, ਬਿਨਾਂ ਕਿਸੇ ਅਲਟੀਮੇਟਮ ਦੇ, ਬਿਨਾਂ ਕੋਈ ਲਾਂਘਾ ਦਿੱਤਿਆਂ ਫਾਇਰ ਖੋਲ੍ਹ ਦਿੱਤਾ, ਕਿਉਂਕਿ ਜੇ ਲੋਕ ਜਾਣਾ ਵੀ ਚਾਹੁੰਦੇ ਤਾਂ ਜਾਂਦੇ ਕਿਹੜੇ ਰਾਹ? ਇੱਕੋ ਹੀ ਮੇਨ ਰਾਹ ਸੀ ਜਿੱਥੇ ਆ ਕੇ ਫੌਜ ਖੜ੍ਹ ਗਈ ਸੀ। ਗੋਲੀਬਾਰੀ ਸ਼ੁਰੂ ਹੋਣ ਤੋਂ ਚੰਦ ਪਲ ਪਹਿਲਾਂ ਇੱਕ 30 ਸਾਲਾ ਨੌਜਵਾਨ ਮੀਆਂ ਅਬਦੁਲ ਅਜ਼ੀਜ਼ ਨੇ ਮੇਨ ਗੇਟ ਰਾਹੀਂ ਭੱਜਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਫੌਜ ਵੱਲੋਂ ਰਾਈਫਲ ਦੇ ਬੱਟਾਂ ਨਾਲ ਕੁੱਟ ਕੇ ਉਸਨੂੰ ਵਾਪਸ ਧੂ ਲਿਆਂਦਾ ਗਿਆ। ਗੋਲੀਆਂ ਦਾ ਮੀਂਹ ਵਰ ਰਿਹਾ ਸੀ, ਲੋਕਾਂ ਵਿੱਚ ਭਾਜੜ ਪੈ ਗਈ। ਜਲਸੇ ਵਿਚਲੇ ਕੁਝ ਸਾਬਕਾ ਫੌਜੀ ਗੋਲੀਆਂ ਤੋਂ ਬਚਣ ਲਈ ਲੋਕਾਂ ਨੂੰ ਧਰਤੀ 'ਤੇ ਲੰਮੇ ਪੈ ਜਾਣ ਲਈ ਕਹਿ ਰਹੇ ਸਨ। ਬੀਬੀਆਂ, ਬੱਚੇ, ਬਜ਼ੁਰਗਾਂ ਵਿੱਚ ਕੁਰਲਾਹਟ ਮੱਚਿਆ ਪਿਆ ਸੀ। ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਰਾਹ ਕੋਈ ਨਹੀਂ ਸੀ। ਸਟੇਜ ਖੂਹ ਦੇ ਨੇੜੇ ਹੋਣ ਕਰਕੇ ਸੈਂਕੜੇ ਲੋਕ ਖੂਹ ਵਿੱਚ ਛਾਲਾਂ ਮਾਰ ਗਏ। ਬਾਅਦ ਵਿੱਚ ਖੂਹ ਵਿੱਚੋਂ 120 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਤਕਰੀਬਨ 5 ਮਿੰਟ ਬਾਅਦ ਫਾਇਰਿੰਗ ਕੁਝ ਪਲਾਂ ਲਈ ਰੁਕੀ, ਪਰ ਜਨਰਲ ਡਾਇਰ ਨੇ ਮੈਗਜ਼ੀਨ ਰੀਲੋਡ ਕਰਨ ਦਾ ਹੁਕਮ ਦੇ ਦਿੱਤਾ। ਇਸ ਵਾਰ ਫੌਜੀਆਂ ਨੇ ਗੋਟਨੀਆਂ ਲਾ ਲਈਆਂ ਅਤੇ ਹੋਰ ਬੇਦਰਦੀ ਨਾਲ ਨਿਸ਼ਾਨੇ ਸਿੰਨੇ ਗਏ। ਕੰਧਾਂ ਟੱਪਣ ਦੀ ਕੋਸ਼ਿਸ਼ ਕਰਦਿਆਂ ਸੈਂਕੜੇ ਲੋਕ ਮਾਰੇ ਗਏ। ਗਰਧਾਰੀ ਲਾਲ, ਜੋ ਆਪਣੇ ਘਰੋਂ ਇਹ ਸਾਰਾ ਕਤਲੇਆਮ ਦੂਰਬੀਨ ਰਾਹੀਂ ਦੇਖ ਰਹੇ ਸਨ, ਦੱਸਦੇ ਸਨ ਕਿ ਫੌਜ ਨੇ ਬਾਗ ਦਾ ਕੋਈ ਖੂੰਜਾ ਨਹੀਂ ਛੱਡਿਆ ਜਿੱਧਰ ਫਾਇਰ ਨਾ ਕੀਤੇ ਹੋਣ। ਆਖਰ ਜਨਰਲ ਡਾਇਰ ਨੇ ਫਾਇਰ ਸੀਜ ਕਰਨ ਦਾ ਹੁਕਮ ਦਿੱਤਾ। ਸਾਹਮਣੀ ਕੰਧ ਵਾਲੇ ਪਾਸੇ ਅਜੇ ਵੀ ਹਜ਼ਾਰਾਂ ਲੋਕ ਜਾਨਾਂ ਬਚਾਉਣ ਲਈ ਤਰਲੇ ਕਰ ਰਹੇ ਸਨ। ਡਾਇਰ ਸਿੱਧਾ ਆਪਣੀ ਕਾਰ ਵੱਲ ਚੱਲ ਪਿਆ। ਜ਼ਖਮੀਆਂ ਦੀ ਸਾਂਭ ਸੰਭਾਲ ਦਾ ਕੋਈ ਇੰਤਜ਼ਾਮ ਕੀਤੇ ਬਿਨਾਂ ਹੀ ਉਹ ਆਪਣੇ ਹੈੱਡਕੁਆਰਟਰ ਰਾਮਬਾਗ ਚਲਿਆ ਗਿਆ। ਬੁੱਚੜ ਆਫ ਅੰਮ੍ਰਿਤਸਰ ਦਾ ਲਿਖਾਰੀ ਜਨਰਲ ਡਾਇਰ ਦੇ ਹਵਾਲੇ ਨਾਲ ਲਿਖਦਾ ਹੈ ਕਿ ਬਾਗ ਵਿੱਚ ਜ਼ਖਮੀਆਂ ਦੀ ਮਦਦ ਕਰਨਾ ਉਸਨੂੰ ਸੁਰੱਖਿਅਤ ਨਾ ਲੱਗਿਆ। ਉਸਨੇ ਮਹਿਸੂਸ ਕੀਤਾ ਕਿ ਜਿੰਨੀ ਛੇਤੀ ਹੋ ਸਕੇ ਉਸਨੂੰ ਸ਼ਹਿਰ ਛੱਡ ਕੇ ਚਲੇ ਜਾਣਾ ਚਾਹੀਦਾ ਹੈ। .303 ਲੀ ਐਨਫੀਲਡ ਬੋਲਟ ਐਕਸ਼ਨ ਰਾਈਫਲ ਦੇ ਨਾਲ 1650 ਗੋਲੀਆਂ ਚਲਾਈਆਂ ਗਈਆਂ। 10 ਮਿੰਟ ਰਾਜਮੀ ਫਾਇਰਿੰਗ ਕੀਤੀ ਗਈ। ਡਾਇਰ ਨੇ ਹਿਸਾਬ ਲਾ ਕੇ ਫਾਇਰਿੰਗ ਉਦੋਂ ਬੰਦ ਕਰਵਾਈ
ਜਦੋਂ ਉਹਨੂੰ ਲੱਗਿਆ ਕਿ ਫੌਜੀਆਂ ਕੋਲ ਉਨੀਆਂ ਕੁ ਗੋਲੀਆਂ ਹੀ ਬਾਕੀ ਬਚੀਆਂ ਹਨ ਕਿ ਜੇ ਰਾਮਬਾਗ ਵਾਪਸ ਜਾਂਦੇ ਸਮੇਂ ਭੀੜ ਹਮਲਾ ਕਰੇ ਤਾਂ ਉਹਦੇ ਨਾਲ ਨਜਿੱਠਿਆ ਜਾ ਸਕੇ। 25 ਸਾਲਾਂ ਦੀ ਇੱਕ ਨੌਜਵਾਨ ਬੀਬੀ ਅਤਰ ਕੌਰ ਗੋਲੀਬਾਰੀ ਬੰਦ ਹੋਣ ਤੋਂ ਬਾਅਦ ਆਪਣੇ ਪਤੀ ਨੂੰ ਲੱਭਦੀ ਜਲਿਆਂਵਾਲਾ ਬਾਗ ਆਈ। ਉਹਨੂੰ ਆਪਣਾ ਪਤੀ ਇੱਕ ਕੰਧੇ ਨਾਲ ਪਿਆ ਮਿਲਿਆ। ਉਸਦੀ ਲੱਤ ਅਤੇ ਛਾਤੀ ਵਿੱਚ ਗੋਲੀ ਲੱਗੀ ਸੀ, ਇੱਕ ਕੰਨ ਵੀ ਨਹੀਂ ਸੀ, ਪਰ ਅੱਖਾਂ ਖੁੱਲੀਆਂ ਸਨ ਅਤੇ ਅਜੇ ਵੇਖ ਸਕਣ ਦੇ ਸਮਰੱਥ ਸਨ। ਉਹ ਉਹਨਾਂ ਚਿਰ ਉਹਦੇ ਹੱਥਾਂ ਪੈਰਾਂ ਦੀ ਮਾਲਿਸ਼ ਕਰਦੀ ਰਹੀ ਜਿੰਨਾ ਚਿਰ ਇਹ ਯਕੀਨ ਨਹੀਂ ਹੋਇਆ ਕਿ ਉਹ ਮਰ ਚੁੱਕਿਆ ਹੈ। ਉਹਨੇ ਕੋਲ ਫਿਰਦੇ ਇੱਕ ਪਾਣੀ ਪੀਉਣ ਵਾਲੇ ਲੜਕੇ ਨੂੰ ਕਿਹਾ ਕਿ ਉਹਦੇ ਪਤੀ ਦੀ ਨਿਗ੍ਹਾ ਰੱਖੇ, ਉਹ ਘਰੋਂ ਇੱਕ ਚਾਦਰ ਲੈਣ ਚੱਲੀ ਹੈ ਤਾਂ ਜੋ ਆਪਣੇ ਪਤੀ ਦੀ ਲਾਸ਼ ਲਪੇਟ ਕੇ ਘਰ ਲਿਜਾ ਸਕੇ। ਕੁਛ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਪਿਆਉਣ ਵਾਲਾ ਉਹ ਲੜਕਾ ਸਰਦਾਰ ਊਧਮ ਸਿੰਘ ਸੀ। ਮੌਤਾਂ ਅਤੇ ਜ਼ਖਮੀਆਂ ਬਾਰੇ ਕੋਈ ਪੱਕੀ ਸੂਚਨਾ ਨਹੀਂ ਸੀ। ਸਰਕਾਰ ਵੱਲੋਂ ਜ਼ਖਮੀਆਂ ਅਤੇ ਮੁਰਦਿਆਂ ਬਾਰੇ ਸੂਚੀ ਤਿਆਰ ਕਰਨ ਦੀ ਪਹਿਲੀ ਕੋਸ਼ਿਸ਼ ਲਗਭਗ 2 ਮਹੀਨੇ ਬਾਅਦ 25 ਜੂਨ ਨੂੰ ਹੋਈ। ਫਿਰ 7 ਅਗਸਤ ਨੂੰ ਫਰਮਾਨ ਜਾਰੀ ਕਰਕੇ ਪਰਿਵਾਰਾਂ ਨੂੰ ਸੱਦਾ ਦਿੱਤਾ ਗਿਆ ਕਿ ਆ ਕੇ ਜ਼ਖਮੀਆਂ ਅਤੇ ਮੁਰਦਿਆਂ ਦੇ ਨਾਮ ਦਰਜ ਕਰਵਾਉਣ। ਲੋਕ ਉਲਟਾ ਕੇਸ ਪੈਣ ਦੇ ਡਰੋਂ ਸਾਹਮਣੇ ਨਹੀਂ ਆਏ, ਇਸ ਕਰਕੇ ਸਰਕਾਰ ਵੱਲੋਂ ਦਿੱਤਾ ਗਿਆ ਕੋਈ ਵੀ ਅੰਕੜਾ ਸਹੀ ਨਹੀਂ ਹੈ। ਸ਼ੁਰੂ ਵਿੱਚ ਸਰਕਾਰ ਮੌਤਾਂ ਦੀ ਗਿਣਤੀ 200 ਹੀ ਦੱਸਦੀ ਰਹੀ, ਕੁਝ ਅਖਬਾਰਾਂ ਨੇ 100 ਵੀ ਲਿਖਿਆ ਹੈ। 3 ਸਤੰਬਰ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਮੌਤਾਂ ਦਾ ਅੰਕੜਾ 291 ਦਿੱਤਾ। 10 ਸਤੰਬਰ ਨੂੰ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਦੀ ਬਹਿਸ ਵਿੱਚ ਭਾਰਤ ਸਰਕਾਰ ਨੇ ਇਹ ਅੰਕੜਾ 301 ਦੱਸਿਆ। ਅੰਮ੍ਰਿਤਸਰ ਦੇ ਸਿਹਤ ਅਫਸਰ ਨੇ 415 ਦੱਸਿਆ, ਇਲਾਹਾਬਾਦ ਸੇਵਾ ਸੰਮਤੀ ਨੇ 530 ਦੱਸਿਆ। ਬਿਹਾਰ ਦੇ ਇੱਕ ਆਗੂ ਹਸਨ ਇਮਾਨ ਨੇ 941 ਦੱਸਿਆ। ਪੰਡਿਤ ਮਦਨ ਮੋਹਨ ਮਾਲਵੀਆ ਨੇ ਮਰਨ ਵਾਲਿਆਂ ਦਾ ਅੰਕੜਾ 1000 ਦੱਸਿਆ। ਸਵਾਮੀ ਸ਼ਰਧਾਨੰਦ ਨੇ ਗਾਂਧੀ ਨੂੰ ਲਿਖੀ ਇੱਕ ਚਿੱਠੀ ਵਿੱਚ 1500 ਦਾ ਜ਼ਿਕਰ ਕੀਤਾ। ਖੈਰ, ਹੰਟਰ ਕਮਿਸ਼ਨ ਨੇ ਨਵੰਬਰ 1919 ਤੱਕ ਮਿਲੇ ਅੰਕੜਿਆਂ ਦੇ ਆਧਾਰ 'ਤੇ 379 ਮੌਤਾਂ ਕਬੂਲ ਕੀਤੀਆਂ, ਜਿਨ੍ਹਾਂ ਵਿੱਚ 337 ਆਦਮੀ, 41 ਲੜਕੇ ਅਤੇ ਇੱਕ 6 ਮਹੀਨੇ ਦਾ ਬੱਚਾ ਸ਼ਾਮਲ ਸੀ। ਹੰਟਰ ਕਮਿਸ਼ਨ ਨੇ ਕਿਹਾ ਕਿ ਜ਼ਖਮੀਆਂ ਦੀ ਗਿਣਤੀ ਮਰਨ ਵਾਲਿਆਂ ਨਾਲੋਂ 3 ਗੁਣਾ ਵਧੇਰੇ ਹੋ ਸਕਦੀ ਹੈ। ਜਨਰਲ ਡਾਇਰ ਨੇ ਹੰਟਰ ਕਮਿਸ਼ਨ ਨੂੰ ਦੱਸਿਆ ਕਿ ਲੋਕਾਂ ਦੀ ਭੀੜ ਇੰਨੀ ਸੰਘਣੀ ਸੀ ਕਿ ਜੇ ਲੋਕ ਇੱਕੋ ਵਾਰ ਹੱਲਾ ਕਰਕੇ ਸਾਡੇ ਉੱਪਰ ਟੁੱਟ ਪੈਂਦੇ ਤਾਂ ਫਿਰ ਹਥਿਆਰ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਸੀ ਪੈਣਾ। ਮੇਰੀ ਛੋਟੀ ਜਿਹੀ ਫੌਜੀ ਟੁਕੜੀ ਕਾਬੂ ਆ ਜਾਣੀ ਸੀ ਅਤੇ ਇਸੇ ਕਰਕੇ ਮੈਂ ਉਸ ਇਕੱਠ ਨੂੰ ਇਸ ਤਰ੍ਹਾਂ ਕਰ ਸਕਣ ਦਾ ਮੌਕਾ ਨਹੀਂ ਸੀ ਦੇਣਾ ਚਾਹੁੰਦਾ। ਕਤਲੇਆਮ ਵਾਲੇ ਦਿਨ ਸ਼ਾਮ 6 ਵਜੇ ਜਦੋਂ ਖਾਲਸਾ ਕਾਲਜ ਦਾ ਪ੍ਰਿੰਸੀਪਲ ਮਿਸਟਰ GA ਵਾਦਨ ਡਾਇਰ ਨੂੰ ਮਿਲਣ ਗਿਆ ਤਾਂ ਟੁੱਟ ਕੇ ਉਹਦੇ ਗਲ ਪੈ ਗਿਆ। ਕਹਿਣ ਲੱਗਾ, ਜੋ ਤੁਸੀਂ ਕੀਤਾ ਹੈ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਰਾਤ ਨੂੰ 11:30 ਵਜੇ ਡਿਪਟੀ ਕਮਿਸ਼ਨਰ ਇਰਵਿੰਗ ਨੇ ਇੱਕ ਘਟਨਾ ਹੋਣ ਅਤੇ 200 ਬੰਦੇ ਮਾਰੇ ਜਾਣ ਬਾਰੇ ਇੱਕ ਸੰਖੇਪ ਜੀ ਰਿਪੋਰਟ ਲਾਹੌਰ ਭੇਜ ਦਿੱਤੀ। ਮਿਸਟਰ ਵਾਦਨ ਇਹ ਵੇਖ ਕੇ ਹੋਰ ਗੁੱਸੇ 'ਚ ਆ ਗਿਆ ਅਤੇ ਚਿੰਤਤ ਹੋ ਉੱਠਿਆ। ਕਹਿਣ ਲੱਗਾ ਕਿ ਜਿਸ ਤਰੀਕੇ ਨਾਲ ਹਾਲਾਤਾਂ ਨਾਲ ਨਜਿੱਠਿਆ ਗਿਆ ਹੈ, ਸਮੇਂ ਦੀ ਮੰਗ ਹੈ ਕਿ ਵਿਸਥਾਰਤ ਰਿਪੋਰਟ ਭੇਜੀ ਜਾਵੇ। ਇਰਵਿੰਗ ਨੇ ਰਾਤ 1 ਵਜੇ ਤੱਕ ਰਿਪੋਰਟ ਤਿਆਰ ਕੀਤੀ। ਇੱਕ ICS ਮਿਸਟਰ ਜੈਕਬ ਨੂੰ ਬੰਬੂ ਕਾਟ ਦੇ ਨਾਲ ਲੈ ਕੇ ਮਿਸਟਰ ਵਾਦਨ ਖੁਦ ਇਹ ਰਿਪੋਰਟ ਮਾਈਕਲ ਅਡਵਾਇਰ ਨੂੰ ਫੜਾਉਣ ਲਈ ਰਾਤ 3 ਵਜੇ ਲਾਹੌਰ ਪਹੁੰਚਿਆ। ਮਿਸਟਰ ਵਾਦਨ ਹਾਲਾਤਾਂ ਤੋਂ ਇੰਨਾ ਚਿੰਤਤ ਹੋ ਗਿਆ ਕਿ ਸਾਰੇ ਰਾਹ ਉਸਨੇ ਲੋਡ ਕੀਤਾ ਹੋਇਆ ਰਿਵਾਲਵਰ ਹੱਥ 'ਚ ਫੜੀ ਰੱਖਿਆ। ਗਵਰਨਰ ਆਫ ਪੰਜਾਬ ਸਰ ਮਾਈਕਲ ਅਡਵਾਇਰ ਸ਼ਿਮਲੇ ਤੋਂ ਆ ਕੇ ਅਜੇ ਸੁੱਤਾ ਹੀ ਸੀ। ਚੀਫ ਸੈਕਟਰੀ JP ਥੰਪਸਨ ਅਤੇ ਕਮਿਸ਼ਨਰ ਮਿਸਟਰ ਕਿਚਨ ਨੂੰ ਵੀ ਅੱਧੀ ਰਾਤ ਨੂੰ ਜਗਾਇਆ ਗਿਆ। ਖਾਲਸਾ ਕਾਲਜ ਦੇ ਪ੍ਰਿੰਸੀਪਲ ਮਿਸਟਰ ਵਾਦਨ ਕਹਿਣ ਲੱਗੇ ਕਿ ਜਦੋਂ ਕਤਲੇਆਮ ਦੀ ਖਬਰ ਫੈਲੇਗੀ ਤਾਂ ਮਾਝੇ ਵਿੱਚ ਬਗਾਵਤ ਹੋ ਸਕਦੀ ਹੈ। ਅਡਵਾਇਰ ਨੇ ਪ੍ਰਿੰਸੀਪਲ ਨੂੰ ਵਿੱਚੇ ਟੋਕ ਦਿੱਤਾ ਅਤੇ ਕਿਹਾ ਕਿ ਤੂੰ ਇੱਕ ਪ੍ਰਿੰਸੀਪਲ ਹੈ, ਆਪਣੇ ਕੰਮ ਨਾਲ ਮਤਲਬ ਰੱਖ। ਅਡਵਾਇਰ ਨੇ ਕਮਿਸ਼ਨਰ ਆਫ ਡਿਵੀਜ਼ਨ ਮਿਸਟਰ AJW ਕਿਚਨ ਨੂੰ ਅੰਮ੍ਰਿਤਸਰ ਸਾਹਿਬ ਜਾਣ ਦੇ ਹੁਕਮ ਦਿੱਤੇ ਅਤੇ ਨਾਲ ਹੀ ਡਿਪਟੀ ਕਮਿਸ਼ਨਰ ਇਰਵਿੰਗ ਦੇ ਨਾਮ ਇੱਕ ਚਿੱਠੀ ਭੇਜੀ ਜਿਸ ਵਿੱਚ ਲਿਖਿਆ ਸੀ ਕਿ ਪ੍ਰਿੰਸੀਪਲ ਵਾਦਨ ਕੋਲ ਵੱਡਿਆਂ ਨਾਲ ਗੱਲ ਕਰਨ ਦਾ ਸਲੀਕਾ ਨਹੀਂ ਹੈ। ਅੰਮ੍ਰਿਤਸਰ ਵਿੱਚ ਪਹਿਲਾਂ ਕੀਤੇ ਐਲਾਨ ਮੁਤਾਬਕ 8 ਵਜੇ ਰਾਤ ਕਰਫਿਊ ਲੱਗ ਗਿਆ। 10:30 ਵਜੇ ਜਨਰਲ ਡਾਇਰ ਨੇ ਕਰਨਲ ਮੌਰਗਨ ਅਤੇ ਡਿਪਟੀ ਕਮਿਸ਼ਨਰ ਇਰਵਿੰਗ ਦੇ ਨਾਲ ਇਹ ਵੇਖਣ ਲਈ ਸ਼ਹਿਰ ਦਾ ਗੇੜਾ ਲਾਇਆ ਕਿ ਮੇਰੇ ਹੁਕਮ ਦੀ ਕਿਤੇ ਉਲੰਘਣਾ ਤਾਂ ਨਹੀਂ ਹੋ ਰਹੀ। ਹੰਟਰ ਕਮਿਸ਼ਨ ਨੂੰ ਦਿੱਤੇ ਬਿਆਨ 'ਚ ਉਹ ਕਹਿੰਦਾ ਹੈ ਕਿ ਸ਼ਹਿਰ ਦੀਆਂ ਗਲੀਆਂ 'ਚ ਕੋਈ ਪਰਛਾਵਾਂ ਵੀ ਨਜ਼ਰੀ ਨਹੀਂ ਆਇਆ। ਸ਼ਹਿਰ ਪੂਰੀ ਤਰ੍ਹਾਂ ਸ਼ਾਂਤ ਸੀ।
ਸੱਚਮੁੱਚ ਉਸ ਰਾਤ ਪੂਰੀ ਸ਼ਾਂਤੀ ਸੀ। ਜਲਿਆਂਵਾਲਾ ਬਾਗ ਵਿੱਚ ਸੈਂਕੜੇ ਜ਼ਖਮੀ ਹੌਲੀ ਹੌਲੀ ਮਰ ਰਹੇ ਸਨ। ਕੁਝ ਸਹਿਕ ਦੀ ਆਵਾਜ਼ ਵਿੱਚ ਪਾਣੀ ਪਾਣੀ ਕੁਰਲਾ ਰਹੇ ਸਨ, ਪਰ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ। ਲੋਕ ਘਰਾਂ ਵਿੱਚ ਡਰੇ ਬੈਠੇ ਸਨ। ਖਾਲਸਾ ਕਾਲਜ ਦੇ ਪ੍ਰਿੰਸੀਪਲ ਮਿਸਟਰ ਜੀ ਏ ਵਾਦਨ ਵੱਲੋਂ ਮਾਝੇ ਵਿੱਚ ਸਿੱਖਾਂ ਦੀ ਸੰਭਾਵੀ ਬਗਾਵਤ ਬਾਰੇ ਉਡਵਾਇਰ ਕੋਲ ਕੀਤੀ ਟਿੱਪਣੀ ਨੂੰ ਗੰਭੀਰਤਾ ਨਾਲ ਲਿਆ ਗਿਆ। ਸਿੱਖਾਂ ਉੱਤੇ ਵਿਸ਼ੇਸ਼ ਨਜ਼ਰ ਰੱਖੀ ਗਈ। ਗੁੱਚੜ ਆਫ ਅੰਮ੍ਰਿਤਸਰ ਦਾ ਲਿਖਾਰੀ ਲਿਖਦਾ ਹੈ ਕਿ ਅਗਲੇ ਦਿਨ ਕਮਿਸ਼ਨਰ ਆਫ ਡਿਵੀਜ਼ਨ ਮਿਸਟਰ ਏ ਜੇ ਡਬਲਿਊ ਕਿਚਨ ਨੇ ਅਤੇ ਡੀ ਆਈ ਜੀ ਮਿਸਟਰ ਡੋਨਲਡ ਨੇ ਡਾਇਰ ਨੂੰ ਖਬਰਦਾਰ ਕੀਤਾ ਕਿ ਕੁਝ ਬਾਗੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਇਕੱਠੇ ਹੋ ਸਕਦੇ ਹਨ। ਉਹ ਚਾਹੁੰਦੇ ਸਨ ਕਿ ਡਾਇਰ ਦਾ ਧਿਆਨ ਸਿੱਖਾਂ ਦੁਆਲੇ ਕੇਂਦਰਿਤ ਕੀਤਾ ਜਾਵੇ। ਖੁਸ਼ਕਿਸਮਤੀ ਨਾਲ ਡਾਇਰ ਨੇ ਇਸ ਵਾਰ ਕਾਹਲੀ ਨਹੀਂ ਕੀਤੀ। ਖਾਲਸਾ ਕਾਲਜ ਦੇ ਪ੍ਰਿੰਸੀਪਲ ਮਿਸਟਰ ਜੀ ਏ ਵਾਦਨ ਨੇ ਆਪਣੀ ਪਤਨੀ ਕੋਲ ਇਸ ਦਾ ਕਾਰਨ ਇਹ ਦੱਸਿਆ ਕਿ ਉਹ ਇੱਕ ਵਾਰ ਡਾਇਰ ਨਾਲ ਇਸ ਵਿਸ਼ੇ ਉੱਤੇ ਪਹਿਲਾਂ ਹੀ ਬਹਿਸ ਚੁੱਕਿਆ ਸੀ। ਜਦੋਂ ਸਿਵਲ ਸਰਜਨ ਕਰਨਲ ਸਮਿਥ ਡਾਇਰ ਨੂੰ ਸਲਾਹ ਦੇ ਰਿਹਾ ਸੀ ਕਿ ਸ਼ਹਿਰ ਨੂੰ ਸਬਕ ਸਿਖਾਉਣ ਲਈ ਬੰਬ ਬਰਸਾਏ ਜਾਣ, ਉਦੋਂ ਵਾਦਨ ਨੇ ਦਖਲ ਅੰਦਾਜ਼ੀ ਕਰਦਿਆਂ ਜਨਰਲ ਡਾਇਰ ਨੂੰ ਕਿਹਾ ਕਿ ਇਹ ਸਿੱਖਾਂ ਦਾ ਪਵਿੱਤਰ ਸ਼ਹਿਰ ਹੈ, ਬੰਬਾਰੀ ਕੀਤਿਆਂ ਸਿੱਖ ਫੌਜੀ ਪਲਟਣਾ ਬਾਗੀ ਹੋ ਜਾਣਗੇ। ਇਹ ਗੱਲ 14 ਅਪ੍ਰੈਲ ਦੀ ਹੈ, ਪਰ ਕੁਝ ਬੇਈਮਾਨ ਇਤਿਹਾਸਕਾਰਾਂ ਨੇ ਇਸ ਨੂੰ 13 ਅਪ੍ਰੈਲ ਦੇ ਜਲਿਆਂਵਾਲਾ ਬਾਗ ਕਤਲੇਆਮ ਨਾਲ ਜੋੜ ਕੇ ਇੱਕ ਭਰਮ ਸਿਰਜਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਜੇ ਸਾਰੇ ਪੱਖ ਸਾਫ਼ ਨਹੀਂ ਹੁੰਦੇ ਤਾਂ ਫਿਰ ਰਿਸਰਚ ਦੇ ਕੋਈ ਵੀ ਮਾਇਨੇ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਮੁੜੇ ਕੁਝ ਫੌਜੀ, ਇੱਕ ਨੇ ਤਾਂ ਸੋ ਕਾਲਡ ਨੀਵੀਂ ਜਾਤ ਦੇ ਫੌਜੀ ਵੀ ਕਿਹਾ ਹੈ, ਦਰਬਾਰ ਸਾਹਿਬ ਮੱਥਾ ਟੇਕਣ ਗਏ, ਪਰ ਅਰੂਰ ਸਿੰਘ ਨੇ ਉਹਨਾਂ ਨੂੰ ਨੀਵੀਂ ਜਾਤ ਕਰਕੇ ਵਾਪਸ ਮੋੜ ਦਿੱਤਾ ਅਤੇ ਉਹ ਵਿਰੋਧ ਲਈ ਜਲਿਆਂਵਾਲਾ ਬਾਗ ਇਕੱਠੇ ਹੋਏ। ਅਰੂਰ ਸਿੰਘ ਨੇ ਉਹਨਾਂ 'ਤੇ ਗੋਲੀ ਚਲਵਾ ਦਿੱਤੀ। ਇਸ ਝੂਠ ਨੂੰ ਹੌਲੀ ਹੌਲੀ ਸਾਡੇ ਸਿਰ ਮੜਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਬੜੀ ਬੇਹੂਦਾ, ਸ਼ਰਮਨਾਕ ਅਤੇ ਇਤਿਹਾਸ ਨਾਲ ਕੋਝਾ ਮਜ਼ਾਕ ਕਰਨ ਵਾਲੀ ਗੱਲ ਹੈ। ਸਾਡਾ ਡਾਕੂਮੈਂਟਰੀ ਬਣਾਉਣ ਦਾ ਮੁੱਖ ਮਕਸਦ ਹੀ ਇਹੀ ਹੈ ਕਿ ਨਿਰਪੱਖਤਾ ਨਾਲ ਇਸ ਸਾਰੇ ਸਾਕੇ ਦੀ ਘੋਖ ਕੀਤੀ ਜਾਵੇ। ਸੱਚਾਈ ਇਹ ਹੈ ਕਿ 13 ਤਰੀਕ ਦਾ ਜਲਿਆਂਵਾਲੇ ਬਾਗ ਦਾ ਇਕੱਠ ਕਿਸੇ ਸਾਬਕਾ ਫੌਜੀ ਨੇ ਨਹੀਂ ਬਲਕਿ ਹੰਸਰਾਜ ਨੇ ਬੁਲਾਇਆ ਸੀ। ਇਸ ਦਾ ਫੈਸਲਾ ਹਿੰਦੂ ਸਭਾ ਸਕੂਲ ਢਾਬ ਖਟੀਕਾਂ ਵਿੱਚ 12 ਅਪ੍ਰੈਲ ਨੂੰ ਸ਼ਾਮੀ 4:30 ਹੋਈ ਮੀਟਿੰਗ ਵਿੱਚ ਲਿਆ ਗਿਆ ਸੀ। ਇਸ ਕਤਲੇਆਮ ਦੀ ਜ਼ਮੀਨ 10 ਅਪ੍ਰੈਲ ਨੂੰ ਅੰਮ੍ਰਿਤਸਰ ਸਾਹਿਬ ਵਿੱਚ ਹੋਏ ਗੋਰੇ ਲੋਕਾਂ ਦੇ ਕਤਲਾਂ, ਨਿਹੱਥੀਆਂ ਔਰਤਾਂ 'ਤੇ ਹਮਲਿਆਂ, ਲੁੱਟਮਾਰ ਅਤੇ ਸਾੜ ਫੂਕ ਨੇ ਤਿਆਰ ਕੀਤੀ ਸੀ। ਲੁੱਟ ਦਾ ਸਮਾਨ ਬਾਜ਼ਾਰਾਂ ਵਿੱਚ ਲਹਿਰਾਉਣਾ, ਇੱਕ ਬੈਂਕ ਮੈਨੇਜਰ ਦਾ ਫਸਾਦੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰਨਾ ਅਤੇ ਉਸੇ ਬੈਂਕ ਦੇ ਕਲਰਕ ਦਾ ਚੌਥੇ ਦਿਨ ਜਾ ਕੇ ਜਲਿਆਂਵਾਲਾ ਬਾਗ ਦੇ ਪਾਬੰਦੀਸ਼ੁਦਾ ਇਕੱਠ ਵਿੱਚ ਕਵਿਤਾਵਾਂ ਪੜ੍ਹਨਾ ਸ਼ਰਮਨਾਕ ਸੀ। ਹੰਸਰਾਜ ਨੇ ਭੋਲੇ ਭਾਲੇ ਲੋਕਾਂ ਨੂੰ ਇਕੱਠੇ ਕਰਕੇ ਮਰਵਾਉਣ ਦਾ ਪ੍ਰਬੰਧ ਕੀਤਾ ਸੀ। ਤੱਥਾਂ ਨੂੰ ਰਲਗੱਡ ਕਰਨਾ ਮੰਦਭਾਗਾ ਹੈ। ਇਹ ਗੱਲ ਅਗਲੇ ਦਿਨ ਜਾਣੀ 14 ਅਪ੍ਰੈਲ ਦੀ ਹੈ। ਜਦੋਂ ਦਰਬਾਰ ਸਾਹਿਬ ਇਕੱਠ ਹੋਣ ਦੀ ਭਿਣਕ ਪਈ ਤਾਂ ਡਾਇਰ ਨੇ ਇਸ ਵਾਰ ਕੋਈ ਐਕਸ਼ਨ ਲੈਣ ਦੀ ਬਜਾਏ ਦਰਬਾਰ ਸਾਹਿਬ ਦੇ ਸਰਬਰਾ ਸਰਦਾਰ ਅਰੂਰ ਸਿੰਘ ਨੂੰ ਆਪਣੇ ਹੈੱਡਕੁਆਰਟਰ ਰਾਮਬਾਗ ਆ ਕੇ ਮਿਲਣ ਲਈ ਸੰਮਣ ਭੇਜ ਦਿੱਤੇ। ਭਰੋਸਾ ਦਵਾਇਆ ਕਿ ਉਸਦਾ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ, ਬਲਕਿ ਉਸਦੇ ਫੌਜੀ ਦਰਬਾਰ ਸਾਹਿਬ ਦੀ ਰਾਖੀ ਲਈ ਹਾਜ਼ਰ ਰਹਿਣਗੇ। ਅਰੂਰ ਸਿੰਘ ਆਪਣੇ ਨਾਲ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਲੈ ਗਏ। ਇਸ ਗੱਲ ਦੇ ਤੱਥਾਂ ਵੱਲ ਧਿਆਨ ਦਿਓ ਕਿ ਡਾਇਰ ਨੇ ਉਹਨਾਂ ਨੂੰ ਬੁਲਾਇਆ ਕਿਉਂ ਸੀ। ਕਤਲੇਆਮ ਇੱਕ ਦਿਨ ਪਹਿਲਾਂ ਹੋ ਚੁੱਕਿਆ ਸੀ। ਨੇੜੇ ਦੇ ਇਲਾਕਿਆਂ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਸਰਗਰਮ ਸਨ। ਗੁੱਚੜ ਆਫ ਅੰਮ੍ਰਿਤਸਰ ਦਾ ਲਿਖਾਰੀ ਲਿਖਦਾ ਹੈ ਕਿ ਡਾਇਰ ਨੇ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ ਹੈ, ਤੁਸੀਂ ਇਹਨਾਂ ਝੂਠੀਆਂ ਅਫਵਾਹਾਂ ਦੀ ਨਿੰਦਾ ਕਰੋ। ਅਸਲ ਵਿੱਚ ਇਲਾਕੇ ਦੇ ਸਿੱਖਾਂ ਨੂੰ ਲੱਗ ਰਿਹਾ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਹੈ। ਉਹ ਆਪਣੀ ਅੱਖੀਂ ਦਰਬਾਰ ਸਾਹਿਬ ਨੂੰ ਵੇਖਣਾ ਚਾਹੁੰਦੇ ਸਨ। ਖੁਫੀਆ ਏਜੰਸੀਆਂ ਦੀ ਰਿਪੋਰਟ ਸੀ ਕਿ ਜੇ ਮਾਝੇ ਵਿੱਚੋਂ ਸਿੱਖ ਦਰਬਾਰ ਸਾਹਿਬ ਵੱਲ ਚੱਲ ਪਏ ਤਾਂ ਇੱਕ ਵੱਡੀ ਭੀੜ ਅੰਮ੍ਰਿਤਸਰ ਵਿੱਚ ਜਮ੍ਹਾਂ ਹੋ ਸਕਦੀ ਹੈ। ਨਾਈਜਲ ਕੌਲਟ ਲਿਖਦੇ ਹਨ ਕਿ ਦਰਬਾਰ ਸਾਹਿਬ 'ਤੇ ਹਮਲੇ ਦੀਆਂ ਅਫਵਾਹਾਂ ਪੂਰੇ ਪੰਜਾਬ ਵਿੱਚ ਫੈਲ ਰਹੀਆਂ ਸਨ। ਇਹਨਾਂ ਨਾਲ ਸਿੱਖ ਬ੍ਰਿਟਿਸ਼ ਸੰਬੰਧਾਂ 'ਤੇ ਬੁਰਾ ਅਸਰ ਪੈ ਰਿਹਾ ਸੀ। ਸਰਕਾਰ ਇਸ ਮਸਲੇ 'ਤੇ ਵਿਸ਼ੇਸ਼ ਤਵੱਜੋ ਦੇ ਰਹੀ ਸੀ। ਡਾਇਰ ਹਿੰਦੂਆਂ ਅਤੇ ਮੁਸਲਮਾਨਾਂ ਦੀ ਬਜਾਏ ਮਾਝੇ ਦੇ ਸਿੱਖਾਂ ਨਾਲ ਜ਼ਿਆਦਾ ਸਾਵਧਾਨੀ ਨਾਲ ਪੇਸ਼ ਆ ਰਿਹਾ ਸੀ। ਅਖੀਰ ਫੌਜ ਨੇ ਇਸ ਮਸਲੇ ਨੂੰ ਸਾਫ਼ ਕਰਨ ਦੀ ਪਹਿਲ ਕੀਤੀ।
ਉਹਨਾਂ ਨੇ ਰਾਵਲਪਿੰਡੀ ਤੋਂ ਸੈਕਿੰਡ ਡਿਵੀਜ਼ਨ ਦੇ 4 ਸਿੱਖ ਅਫਸਰਾਂ ਨੂੰ ਇਹ ਵੇਖਣ ਲਈ ਅੰਮ੍ਰਿਤਸਰ ਭੇਜਿਆ ਕਿ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ, ਤਾਂ ਜੋ ਉਹ ਅੱਖੀਂ ਵੇਖ ਕੇ ਬਾਕੀ ਸਿੱਖ ਯੂਨਿਟਾਂ ਨੂੰ ਵੀ ਦੱਸ ਸਕਣ। ਸਰਦਾਰ ਅਰੂੜ ਸਿੰਘ ਵੱਲੋਂ ਜਨਰਲ ਡਾਇਰ ਨੂੰ ਸਰੋਪਾ ਦੇਣਾ, ਜਿਸ ਦੀ ਮੈਂ ਘੋਰ ਨਿਖੇਧੀ ਕਰਦਾ ਹਾਂ, ਜਿਸ ਹਰਕਤ ਦੀ ਕੋਈ ਵੀ ਸਫਾਈ ਨਹੀਂ ਹੈ। ਸਿੱਖ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੇ ਨਾਨਾ ਜੀ ਦੀ ਇਸ ਕਾਰਵਾਈ ਲਈ ਮਾਫ਼ੀ ਵੀ ਮੰਗ ਚੁੱਕੇ ਹਨ, ਪਰ ਇਹ ਸਨਮਾਨ ਕਰਨ ਪਿੱਛੇ ਇੱਕ ਕਾਰਨ ਇਹ ਸੀ ਕਿ ਸਿੱਖ ਕੌਮ ਤੱਕ ਇਹ ਸੁਨੇਹਾ ਜਾਵੇ ਕਿ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਪੂਰੀ ਤਰ੍ਹਾਂ ਸੁਰੱਖਿਅਤ ਹੈ, ਕਿਉਂਕਿ ਗੋਰੀ ਸਰਕਾਰ ਸਿੱਖ ਫੌਜੀ ਪਲਟਨਾਂ ਦੀ ਸੰਭਾਵੀ ਬਗਾਵਤ ਤੋਂ ਬੇਹੱਦ ਡਰੀ ਹੋਈ ਸੀ। ਜਨਰਲ ਡਾਇਰ ਕਤਲੇਆਮ ਤੋਂ ਬਾਅਦ ਧੁਰੰਧਰ ਤੱਕ ਝੋੜਿਆ ਗਿਆ ਸੀ। ਮਿਸਟਰ ਪੁੱਕਲ, ਜੋ ਇਰਵਿੰਗ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਬਣੇ, ਦੱਸਦੇ ਹਨ ਕਿ 6 ਮਹੀਨੇ ਬਾਅਦ ਇੱਕ ਰਾਤ ਜਦੋਂ ਜਨਰਲ ਡਾਇਰ ਉਹਨਾਂ ਨਾਲ ਖਾਣਾ ਖਾਣ ਲਈ ਬੈਠਾ ਤਾਂ ਕਹਿਣ ਲੱਗਾ, ਜੋ ਹੋਇਆ ਮੈਂ ਉਸ ਤੋਂ ਬਾਅਦ ਇੱਕ ਰਾਤ ਵੀ ਸੌਂ ਕੇ ਨਹੀਂ ਵੇਖਿਆ, ਸਾਰਾ ਕੁਛ ਅੱਖਾਂ ਅੱਗੇ ਘੁੰਮਦਾ ਰਹਿੰਦਾ ਹੈ। ਜੱਜ ਬਰਾਸ਼ਰ ਦੀ ਧੀ ਡੋਰਸ ਪੀ ਜੋਨਸ, ਜਿਨ੍ਹਾਂ ਦੇ ਘਰ ਉਦੋਂ ਜਨਰਲ ਡਾਇਰ ਰਿਹਾ ਸੀ, ਉਹ ਵੀ ਦੱਸਦੀ ਹੈ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਨਰਲ ਡਾਇਰ ਬਹੁਤੀ ਰਾਤ ਤੁਰ ਫਿਰ ਕੇ ਲੰਘਾਉਂਦਾ ਸੀ, ਉਹ ਘਬਰਾਇਆ ਹੋਇਆ ਬੁੜਬੁੜਾਉਂਦਾ ਰਹਿੰਦਾ, ਇਹ ਮੈਨੂੰ ਕਰਨਾ ਹੀ ਪੈਣਾ ਸੀ। ਡਾਇਰ ਦੀ ਪਤਨੀ ਐਨੀ ਡਾਇਰ ਵੀ ਦੱਸਦੀ ਹੈ ਕਿ ਸਾਕੇ ਤੋਂ ਬਾਅਦ ਉਹ ਕਈ ਹਫ਼ਤੇ ਸੌਂ ਨਹੀਂ ਸੀ ਸਕਿਆ, ਉਹਦੀਆਂ ਅੱਖਾਂ ਅੱਗੇ ਉਹੀ ਦ੍ਰਿਸ਼ ਘੁੰਮਦੇ ਰਹਿੰਦੇ ਸਨ। ਡਾਇਰ ਦੇ ਸਹਿਯੋਗੀ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਗੋਰਖਾ ਰੈਜੀਮੈਂਟ ਦਾ ਕਮਾਂਡਰ ਕੈਪਟਨ ਕ੍ਰੈਂਪਟਨ ਕਤਲੇਆਮ ਬਾਰੇ ਗੱਲ ਕਰਨ ਤੋਂ ਝਿਜਕਦਾ ਸੀ। ਵਰਣਨਯੋਗ ਹੈ ਕਿ ਕੈਪਟਨ ਕ੍ਰੈਂਪਟਨ ਆਪਣੀ ਰੈਜੀਮੈਂਟ ਨਾਲ ਦੇਹਰਾਦੂਨ ਤੋਂ ਪਿਸ਼ਾਵਰ ਜਾ ਰਿਹਾ ਸੀ, ਪਰ ਹਾਲਾਤਾਂ ਅਤੇ ਕਿਸਮਤ ਨੇ ਉਸਨੂੰ ਅੰਮ੍ਰਿਤਸਰ ਉਤਾਰ ਲਿਆ। ਪੁਲਿਸ ਸੁਪਰਡੈਂਟ ਮਿਸਟਰ ਰੀਹਲ ਵੀ ਇੱਕ ਵਾਰ ਬੋਤਲ ਨਾਲ ਚਿੰਬੜ ਗਿਆ ਸੀ। ਉਸਦੀ ਭਤੀਜੀ ਦੱਸਦੀ ਹੈ ਕਿ ਉਹ ਕਤਲੇਆਮ ਲਈ ਆਪਣੇ ਆਪ ਨੂੰ ਦੋਸ਼ੀ ਮੰਨਦਾ ਸੀ। ਬ੍ਰਿਗੇਡ ਮੇਜਰ ਕੈਪਟਨ ਬ੍ਰਿਕਸ ਕੁਛ ਮਹੀਨੇ ਬਾਅਦ ਹੀ ਰੱਬ ਨੂੰ ਪਿਆਰਾ ਹੋ ਗਿਆ। ਜਨਰਲ ਡਾਇਰ ਨੂੰ ਇੱਕ ਵਾਰ ਤਾਂ ਪ੍ਰਸ਼ਾਸਨ ਨੇ ਅਹਿਸਾਸ ਕਰਵਾਇਆ ਕਿ ਅਸੀਂ ਤੇਰੇ ਨਾਲ ਹਾਂ। ਡਿਵੀਜ਼ਨਲ ਕਮਾਂਡਰ ਜਨਰਲ ਸਰ ਵਿਲੀਅਮ ਬੇਨਾਨ ਨੇ ਜਨਰਲ ਡਾਇਰ ਵੱਲੋਂ ਭੇਜੀ ਰਿਪੋਰਟ ਦੇ ਜਵਾਬ ਵਿੱਚ ਲਿਖਿਆ, ਯੂਅਰ ਐਕਸ਼ਨ ਕਰੈਕਟ ਐਂਡ ਲੈਫਟੀਨੈਂਟ ਗਵਰਨਰ ਅਪਰੂਵਸ। ਪੰਜਾਬ ਸਰਕਾਰ ਦੀ ਸਲਾਹ ਤੋਂ ਬਾਅਦ ਲੈਫਟੀਨੈਂਟ ਗਵਰਨਰ ਸਰ ਮਾਈਕਲ ਅਡਵਾਇਰ ਨੇ ਖੁਦ ਵੀ ਡਾਇਰ ਦੀ ਕਾਰਵਾਈ ਦੀ ਪ੍ਰੋੜਤਾ ਕਰ ਦਿੱਤੀ ਸੀ। ਪਰ ਛੇਤੀ ਹੀ ਹੰਟਰ ਕਮਿਸ਼ਨ ਨੇ ਜਨਰਲ 'ਤੇ ਸਿਕੰਜਾ ਕੱਸ ਲਿਆ। ਡਾਇਰ ਨੂੰ ਆਪਣੇ ਆਪ 'ਤੇ ਇੰਨਾ ਭਰੋਸਾ ਸੀ ਕਿ ਉਸਨੇ ਆਪਣੀ ਪੈਰਵਾਈ ਲਈ ਵਕੀਲ ਵੀ ਨਹੀਂ ਕੀਤਾ। ਉਹ ਬੜਬੋਲਾ ਸੀ, ਨਾ ਤਾਂ ਉਸਨੇ ਅਫਸੋਸ ਜ਼ਾਹਿਰ ਕੀਤਾ ਅਤੇ ਨਾ ਹੀ ਮੁਆਫ਼ੀ ਮੰਗੀ। ਉਹਦੀ ਇੱਕੋ ਦਲੀਲ ਸੀ ਕਿ ਹਿੰਦੁਸਤਾਨ ਵਿੱਚ ਅੰਗਰੇਜ਼ੀ ਰਾਜ ਦੀ ਸਲਾਮਤੀ ਦਬਦਬੇ ਅਤੇ ਵਕਾਰ ਉੱਤੇ ਖੜੀ ਹੈ, ਜੇ ਵਕਾਰ ਖਤਮ ਤਾਂ ਰਾਜ ਵੀ ਖਤਮ। ਹੰਟਰ ਕਮੇਟੀ ਨੇ ਡਾਇਰ ਨੂੰ ਯਾਦ ਕਰਵਾਇਆ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤਾਕਤ ਦੀ ਘੱਟ ਤੋਂ ਘੱਟ ਵਰਤੋਂ ਦਾ ਸਿਧਾਂਤ ਕੀ ਹੁੰਦਾ ਹੈ। ਜਨਰਲ ਨੇ ਜਵਾਬ ਦਿੱਤਾ ਕਿ ਮੇਰੇ ਸਾਹਮਣੇ ਬੜੀ ਵਿਖੜੀ ਸਮੱਸਿਆ ਪੇਸ਼ ਸੀ। ਇਹ ਗੱਲ ਹੰਟਰ ਕਮੇਟੀ ਨੇ ਵੀ ਕਬੂਲ ਕੀਤੀ ਹੈ ਕਿ ਅੰਮ੍ਰਿਤਸਰ ਵਿੱਚ ਗੜਬੜ ਜ਼ੋਰਾਂ 'ਤੇ ਸੀ। ਕਰਨਲ ਸਮਿਥ ਵਰਗਿਆਂ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਡੰਡਾ ਫੌਜ ਭਰਤੀ ਕੀਤੀ ਹੋਈ ਸੀ। ਇਹਦੇ ਬਾਰੇ ਸਾਨੂੰ ਹੋਰ ਵਿਸਥਾਰ ਨਾਲ ਖੋਜਬੀਨ ਕਰਨੀ ਚਾਹੀਦੀ ਹੈ ਕਿ ਕੀ ਇਸ ਗੱਲ ਵਿੱਚ ਕੋਈ ਸੱਚਾਈ ਸੀ। ਜੇ ਹਾਂ ਤਾਂ ਇਹ ਡੰਡਾ ਫੌਜ ਕਿਸ ਸ਼ੈ ਦਾ ਨਾਮ ਸੀ, ਕਿਉਂਕਿ ਜਿਸ ਤਰੀਕੇ ਅਤੇ ਜਿਸ ਬੇਰਹਿਮੀ ਨਾਲ 10 ਅਪ੍ਰੈਲ ਨੂੰ ਭੀੜ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ, ਉਹ ਅਜੋਕੇ ਭਾਰਤ ਦੀ ਖਾਕੀ ਨੀਕਰ ਵਾਲੀ ਡੰਡਾ ਫੌਜ ਨਾਲ ਮੇਲ ਜ਼ਰੂਰ ਖਾਂਦਾ ਹੈ। ਖੈਰ, ਹੰਟਰ ਕਮਿਸ਼ਨ ਨੇ ਡਾਇਰ ਨੂੰ 2 ਗੱਲਾਂ ਵਿੱਚ ਦੋਸ਼ੀ ਮੰਨਿਆ। ਪਹਿਲੀ ਕਿ ਡਾਇਰ ਨੇ ਭੀੜ ਨੂੰ ਬਿਨਾਂ ਚੇਤਾਵਨੀ ਦਿੱਤੇ ਗੋਲੀ ਚਲਾਈ। ਦੂਜੀ, ਡਾਇਰ ਉਦੋਂ ਵੀ ਗੋਲੀ ਚਲਾਉਣੋਂ ਨਹੀਂ ਹਟਿਆ ਜਦੋਂ ਭੀੜ ਜਾਨ ਬਚਾਉਣ ਲਈ ਭੱਜ ਰਹੀ ਸੀ। ਹੰਟਰ ਕਮਿਸ਼ਨ ਦੀ ਸਿਫਾਰਸ਼ 'ਤੇ 23 ਮਾਰਚ 1920 ਨੂੰ ਮਿਲਟਰੀ ਸੈਕਟਰੀ ਨੇ ਦਿੱਲੀ ਬੁਲਾ ਕੇ ਜਨਰਲ ਡਾਇਰ ਨੂੰ ਜ਼ਬਰਦਸਤੀ ਨੌਕਰੀ ਤੋਂ ਫਾਰਗ ਕਰਨ ਦਾ ਫੈਸਲਾ ਸੁਣਾ ਦਿੱਤਾ। ਨੌਕਰੀਓਂ ਕੱਢੇ ਜਾਣ ਤੋਂ ਬਾਅਦ ਡਾਇਰ ਦੀ ਸਿਹਤ ਇੱਕਦਮ ਡਿੱਗ ਪਈ। 3 ਨਵੰਬਰ 1920 ਨੂੰ ਡਾਇਰ ਨੂੰ ਅਧਰੰਗ ਹੋ ਗਿਆ, ਉਹ ਮੁੜ ਨਾ ਉੱਠ ਸਕਿਆ। ਕਹਿੰਦੇ ਹਨ ਕਿ ਅੰਤਮ ਸਮੇਂ ਡਾਇਰ ਕਹਿੰਦਾ ਸੀ, ਮੈਂ ਹੁਣ ਠੀਕ ਨਹੀਂ ਹੋਣਾ ਚਾਹੁੰਦਾ। ਬਹੁਤ ਸਾਰੇ ਲੋਕ ਜਿਹੜੇ ਅੰਮ੍ਰਿਤਸਰ ਦੇ ਹਾਲਾਤਾਂ ਬਾਰੇ ਜਾਣਦੇ ਸਨ, ਉਹ ਕਹਿੰਦੇ ਹਨ ਮੈਂ ਠੀਕ ਕੀਤਾ। ਬਹੁਤੇ ਲੋਕ ਕਹਿੰਦੇ ਹਨ ਕਿ ਮੈਂ ਗਲਤ ਕੀਤਾ, ਹੁਣ ਮੈਂ ਸਿਰਫ ਮਰਨਾ ਚਾਹੁੰਦਾ ਹਾਂ ਤਾਂ ਜੋ ਮੈਨੂੰ ਬਣਾਉਣ ਵਾਲੇ ਨੂੰ ਪੁੱਛ ਸਕਾਂ ਕਿ ਮੈਂ ਗਲਤ ਕੀਤਾ ਜਾਂ ਠੀਕ।
23 ਜੁਲਾਈ 1927 ਨੂੰ ਦਿਮਾਗ ਦੀ ਨਾੜੀ ਫਟਣ ਕਾਰਨ ਉਸਦੀ ਮੌਤ ਹੋ ਗਈ। ਲੰਡਨ ਵਿੱਚ ਉਸਨੂੰ ਪੂਰੇ ਸਨਮਾਨਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਮਿਸ ਮਾਰਸ਼ੈਲਾ ਸ਼ੇਰਵੁੱਡ ਨੇ ਜਨਰਲ ਡਾਇਰ ਨੂੰ ਸੇਵੀਅਰ ਆਫ ਰਾਜ ਕਹਿ ਕੇ ਵਡਿਆਇਆ ਸੀ। ਭਾਰਤ 'ਚ ਕੰਮ ਕਰਦੇ ਗੋਰਿਆਂ ਨੇ ਡਾਇਰ ਸਹਾਇਤਾ ਕੋਸ਼ ਕਾਇਮ ਕਰਕੇ £26,000 ਇਕੱਠੇ ਕਰਕੇ ਉਸਨੂੰ ਦਿੱਤੇ ਸਨ। ਕਈ ਲੋਕਾਂ ਨੇ ਕਿਹਾ ਕਿ ਜਨਰਲ ਨੇ ਦੂਜਾ ਗਦਰ ਹੋਣ ਤੋਂ ਬਚਾ ਲਿਆ ਸੀ। ਕਿਸੇ ਨੇ ਕਿਹਾ 1857 ਤੋਂ ਬਾਅਦ ਹੋਣ ਵਾਲੀ ਦੂਜੀ ਵੱਡੀ ਬਗਾਵਤ ਜਨਰਲ ਨੇ ਉੱਠਣ ਤੋਂ ਪਹਿਲਾਂ ਹੀ ਕੁਚਲ ਦਿੱਤੀ। ਪੁਆੜੇ ਦੀ ਜੜ ਹੰਸਰਾਜ, ਜਿਸ ਨੇ 10 ਅਪ੍ਰੈਲ ਨੂੰ ਲੋਕਾਂ ਨੂੰ ਭੜਕਾਇਆ ਅਤੇ ਉਕਸਾਇਆ, ਫਿਰ 13 ਤਰੀਕ ਨੂੰ ਸਰਕਾਰੀ ਚੇਤਾਵਨੀ ਦੇ ਬਾਵਜੂਦ ਲੋਕਾਂ ਨੂੰ ਇਕੱਠੇ ਕੀਤਾ ਅਤੇ ਜ਼ਬਰਦਸਤੀ ਜਲਿਆਂਵਾਲਾ ਬਾਗ ਵਿੱਚ ਬਿਠਾ ਕੇ ਰੱਖਿਆ। ਉਹ ਖੁਦ 23 ਅਪ੍ਰੈਲ 1919 ਨੂੰ ਸਾਰੇ ਮਸਲੇ ਵਿੱਚ ਵਾਅਦਾ ਮੁਆਫ ਸਰਕਾਰੀ ਗਵਾਹ ਬਣ ਕੇ ਸਾਫ਼ ਨਿਕਲ ਗਿਆ। ਹੰਸਰਾਜ ਨੇ ਡਾਕਟਰ ਸੈਫੂਦੀਨ ਕਿਚਲੂ, ਡਾਕਟਰ ਸਤਪਾਲ, ਬਸ਼ੀਰ ਮੁਹੰਮਦ ਸਮੇਤ ਸੱਤਿਆਗ੍ਰਹਿ ਕਮੇਟੀ ਦੇ ਲਗਭਗ ਸਾਰੇ ਮੈਂਬਰਾਂ ਅਤੇ ਬਹੁਤ ਸਾਰੇ ਆਮ ਲੋਕਾਂ ਖਿਲਾਫ਼ ਠੋਕਵੀਆਂ ਗਵਾਹੀਆਂ ਦਿੱਤੀਆਂ। 581 ਲੋਕ ਦੋਸ਼ੀ ਐਲਾਨੇ ਗਏ। ਦੇਸ਼ ਨਿਕਾਲੇ ਤੋਂ ਲੈ ਕੇ ਫਾਂਸੀ ਤੱਕ ਸਜ਼ਾਵਾਂ ਸੁਣਾਈਆਂ ਗਈਆਂ। ਕੁਝ ਗਵਾਹੀਆਂ ਝੂਠੀਆਂ ਅਤੇ ਮਨ ਘੜਤ ਹੋਣ ਕਰਕੇ ਉਤਲੀਆਂ ਅਦਾਲਤਾਂ ਵਿੱਚ ਜਾ ਕੇ ਕੁਝ ਸਜ਼ਾਵਾਂ ਟੁੱਟ ਵੀ ਗਈਆਂ। ਐਵੀਡੈਂਸ ਆਫ ਦਾ ਪੰਜਾਬ, ਸਬ ਕਮੇਟੀ ਆਫ ਇੰਡੀਅਨ ਨੈਸ਼ਨਲ ਕਾਂਗਰਸ, ਜੈਕਾਰ ਪੇਪਰ, ਪੰਜਾਬ ਇਨਕੁਆਇਰੀ, ਜਲਿਆਂਵਾਲਾ ਬਾਗ ਵਿੱਚੋਂ ਬਚੇ ਅਤੇ ਬਾਅਦ 'ਚ ਗਵਾਹੀ ਦੇਣ ਵਾਲੇ ਬਹੁਤੇ ਲੋਕ, CF ਐਂਡਰਿਓ, ਮਦਨ ਮੋਹਨ ਮਾਲਵੀਆ, ਬਸ਼ੀਰ ਮੁਹੰਮਦ ਆਦਿ ਸਾਰਿਆਂ ਨੇ ਮੰਨਿਆ ਕਿ ਹੰਸਰਾਜ ਸਰਕਾਰੀ ਹੱਥ ਠੋਕਾ ਸੀ। ਐਲਫਰਡ ਰੈਪਲ ਲਿਖਦੇ ਹਨ ਕਿ ਸਰਕਾਰ ਵੱਲੋਂ ਹੰਸਰਾਜ ਨੂੰ ਮੁਆਫ਼ੀ ਦੇ ਨਾਲ ਨਾਲ ਕਾਫ਼ੀ ਧਨ ਦੇ ਕੇ ਨਿਵਾਜਿਆ ਗਿਆ ਅਤੇ ਰਹਿਣ ਲਈ ਮੈਸੋਪੋਟਾਮੀਆ ਭੇਜ ਦਿੱਤਾ ਗਿਆ ਤਾਂ ਜੋ ਕਿਸੇ ਸੰਭਾਵਿਤ ਬਦਲਾਖੋਰ ਦੀ ਪਹੁੰਚ ਤੋਂ ਉਹ ਬਾਹਰ ਨਿਕਲ ਜਾਵੇ। ਡਾਕਟਰ ਬਸ਼ੀਰ ਮੁਹੰਮਦ ਨੇ 15 ਜੁਲਾਈ 1920 ਨੂੰ ਬੰਬਈ ਕ੍ਰੋਨੀਕਲ ਵਿੱਚ ਲਿਖੇ ਲੇਖ ਮਸਲਾ ਕੀ ਹੈ ਵਿੱਚ ਖਿਆਲ ਪ੍ਰਗਟ ਕੀਤਾ ਕਿ ਹੰਸਰਾਜ ਪੁਲਿਸ ਨਾਲ ਪੂਰੀ ਤਰ੍ਹਾਂ ਮਿਲਿਆ ਹੋਇਆ ਸੀ। ਉਸਨੇ ਸਰਕਾਰ ਦੀ ਇਮਦਾਦ ਲਈ ਅੰਮ੍ਰਿਤਸਰ ਵਾਸੀਆਂ ਨੂੰ ਸਬਕ ਸਿਖਾਉਣ ਲਈ ਇੱਕ ਪ੍ਰਕਾਰ ਮੌਤ ਦਾ ਜਾਲ ਵਿਛਾਇਆ। ਪਿਆਰੇ ਮੋਹਨਦਾਸ ਆਪਣੀ ਕਿਤਾਬ ਐਨ ਇਮੈਜਨਰੀ ਰਿਵੈਲੀਅਨ ਵਿੱਚ ਲਿਖਦੇ ਹਨ ਕਿ ਹੰਸਰਾਜ ਖੁਫੀਆ ਪੁਲਿਸ ਦਾ ਮੁਖਬਰ ਸੀ। ਉਹਨੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਲੋਕਾਂ ਨੂੰ ਇੱਕ ਥਾਂ ਇਕੱਠਾ ਕੀਤਾ ਤਾਂ ਜੋ ਡਾਇਰ ਉਹਨਾਂ ਨਾਲ ਸਿੱਝ ਸਕੇ। ਇਹੀ ਗੱਲ 13 ਅਪ੍ਰੈਲ 1966 ਦੇ ਦ ਟ੍ਰਿਬਿਊਨ ਵਿੱਚ ਲਿਖੇ ਲੇਖ ਜਲਿਆਂਵਾਲਾ ਬਾਗ ਟ੍ਰੈਜਡੀ ਵਿੱਚ ਨਿਰੰਜਨ ਪ੍ਰਸ਼ਾਦ ਨੇ ਵੀ ਲਿਖੀ ਹੈ। ਦ ਲਾਈਫ ਆਫ ਜਨਰਲ ਡਾਇਰ ਦਾ ਲਿਖਾਰੀ ਕੋਲਵਿਨ ਲਿਖਦਾ ਹੈ ਕਿ ਇੱਕ ਵਾਰ ਡਾਇਰ ਨੇ ਆਪਣੀ ਘਰਵਾਲੀ ਨੂੰ ਕਿਹਾ ਸੀ ਕਿ ਬਾਗੀਆਂ ਨਾਲ ਲੜਨ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਖੁੱਲ੍ਹੇ ਮੈਦਾਨ ਲੈ ਆਂਦਾ ਜਾਏ। ਬਾਜ਼ਾਰਾਂ ਵਿੱਚ ਉਹਨਾਂ ਨਾਲ ਠੀਕ ਢੰਗ ਨਾਲ ਨਹੀਂ ਨਿਬੜਿਆ ਜਾ ਸਕਦਾ। ਹੰਸਰਾਜ ਨੇ ਜਨਰਲ ਡਾਇਰ ਦੀ ਇਹੀ ਇੱਛਾ ਪੂਰੀ ਕੀਤੀ ਸੀ। 13 ਮਾਰਚ 1940 ਨੂੰ ਸਰਦਾਰ ਊਧਮ ਸਿੰਘ ਨੇ ਸਰ ਮਾਈਕਲ ਅਡਵਾਇਰ ਨੂੰ ਮਾਰ ਕੇ ਇਸ ਸਾਕੇ ਦੇ ਜ਼ਖਮਾਂ ਉੱਤੇ ਮੱਲਮ ਲਾਈ। ਕੋਈ ਸ਼ੱਕ ਨਹੀਂ ਕਿ ਜਨਰਲ ਡਾਇਰ ਨੂੰ ਇਸ ਕਤਲੇਆਮ ਲਈ ਅਡਵਾਇਰ ਨੇ ਵੀ ਉਕਸਾਇਆ ਸੀ। ਜਲਿਆਂਵਾਲੇ ਬਾਗ ਦਾ ਸਾਕਾ ਪੰਜਾਬੀਆਂ ਦੇ ਦਿਲਾਂ ਵਿਚਲਾ ਇੱਕ ਗਹਿਰਾ ਜ਼ਖਮ ਹੈ। ਇਸ ਸਾਕੇ ਦੇ 3 ਪੱਖ ਹਨ। ਜਲਿਆਂਵਾਲੇ ਬਾਗ ਵਿੱਚ ਉਸ ਦਿਨ 3 ਤਰ੍ਹਾਂ ਦੇ ਲੋਕ ਸਨ। ਇੱਕ ਤਾਂ ਜਲਸਾ ਬੁਲਾਉਣ ਵਾਲੇ ਅਤੇ ਉਹਨਾਂ ਦੇ ਸਮਰਥਕ ਸਨ, ਜਿਨ੍ਹਾਂ ਵਿੱਚ ਹੰਸਰਾਜ ਅਤੇ ਉਸਦੀ ਜੁੰਡਲੀ ਵੀ ਸ਼ਾਮਲ ਸੀ, ਜਿਨ੍ਹਾਂ ਦਾ 10 ਅਪ੍ਰੈਲ ਦੀ ਕਤਲੋਗਾਰ ਅਤੇ ਲੁੱਟਮਾਰ ਵਿੱਚ ਸਿੱਧਾ ਹੱਥ ਸੀ। ਜੋ ਸ਼ਾਇਦ ਡਾਕਟਰ ਸੈਫੂਦੀਨ ਕਿਚਲੂ ਅਤੇ ਡਾਕਟਰ ਸਤਪਾਲ ਦੀ ਗੈਰ ਹਾਜ਼ਰੀ ਵਿੱਚ ਇਸ ਹੜਤਾਲ ਤੋਂ ਬਾਅਦ ਲੋਕ ਲੀਡਰ ਬਣਨ ਦੇ ਸੁਪਨੇ ਵੇਖ ਰਹੇ ਸਨ। ਦੂਜੇ ਉਹ ਲੋਕ ਸਨ ਜਿਹੜੇ 10 ਅਪ੍ਰੈਲ ਦੀਆਂ ਘਟਨਾਵਾਂ ਨਾਲ ਅਸਹਿਮਤ ਸਨ ਪਰ ਗਾਂਧੀ ਦੇ ਸੱਤਿਆਗ੍ਰਹਿ ਦਾ ਸਮਰਥਨ ਸਮਝ ਕੇ ਜਲਸੇ ਵਿੱਚ ਆ ਗਏ। ਤੀਜੇ ਪਿੰਡਾਂ ਦੇ ਉਹ ਭੋਲੇ ਭਾਲੇ ਲੋਕ ਵੀ ਸਨ ਜਿਨ੍ਹਾਂ ਦਾ 10 ਅਪ੍ਰੈਲ ਦੀ ਕਿਸੇ ਵੀ ਘਟਨਾ ਨਾਲ ਕੋਈ ਸੰਬੰਧ ਨਹੀਂ ਸੀ, ਨਾ ਹੀ ਉਹਨਾਂ ਨੂੰ ਜਨਰਲ ਡਾਇਰ ਦੇ ਕਿਸੇ ਫਰਮਾਨ ਬਾਰੇ ਪਤਾ ਸੀ। ਉਹ ਵਿਸਾਖੀ ਵੇਖਣ ਲਈ ਅਤੇ ਪਸ਼ੂ ਮੇਲੇ ਵਿੱਚ ਪਸ਼ੂਆਂ ਦੀ ਖਰੀਦ ਵੇਚ ਲਈ ਅੰਮ੍ਰਿਤਸਰ ਆਏ ਹੋਏ ਸਨ। ਦੋਸ਼ੀ ਅਤੇ ਫਸਾਦੀ ਵਿਅਕਤੀਆਂ ਦੀ ਪਛਾਣ ਕਰਕੇ ਸਜ਼ਾ ਜ਼ਰੂਰ ਦਿੱਤੀ ਜਾਂਦੀ ਪਰ ਜਲਸੇ ਵਿੱਚ ਬੈਠੇ ਨਿਰਦੋਸ਼ ਲੋਕਾਂ 'ਤੇ ਗੋਲੀਆਂ ਦੀ ਵਾਛੜ ਕਰ ਦੇਣਾ ਇਹ ਜਨਰਲ ਡਾਇਰ ਦਾ ਗੁੱਚੜਪਣਾ ਸੀ। ਇਸ ਸਾਕੇ ਦੇ ਹੋਰ ਵਿਸਥਾਰ ਲਈ 10 ਅਤੇ 13 ਤਰੀਕ ਦੇ ਪੀੜਤਾਂ ਦੇ ਬਿਆਨ, ਹੰਸਰਾਜ ਦੀਆਂ ਗਵਾਹੀਆਂ,
ਡਿਸਆਰਡਰ ਇਨਕੁਆਇਰੀ ਕਮੇਟੀ ਦੀ ਵਿਸਥਾਰਤ ਰਿਪੋਰਟ ਸਮੇਤ ਹੋਰ ਵੀ ਬਹੁਤ ਕੁਛ ਹੈ ਜੋ ਘੁੱਖਣ ਵਾਲਾ ਹੈ। ਅਸੀਂ ਦਿੱਲੀ ਅਤੇ ਲੰਡਨ ਦੇ ਰਾਸ਼ਟਰਵਾਦੀ ਅਤੇ ਹੈਂਕੜਵਾਦੀ ਨਜ਼ਰੀਏ ਤੋਂ ਬਾਹਰ ਜਾ ਕੇ ਇਸ ਸਾਕੇ ਦਾ ਇੱਕ ਮਨੁੱਖਤਾਵਾਦੀ ਨਜ਼ਰੀਆ ਪੇਸ਼ ਕੀਤਾ ਹੈ। ਇਹ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦਾ ਨਜ਼ਰੀਆ ਹੈ। ਹੋ ਸਕਦਾ ਹੈ ਤੁਸੀਂ ਕਈ ਗੱਲਾਂ ਵਿੱਚ ਸਾਡੇ ਨਾਲ ਅਸਹਿਮਤ ਹੋਵੋ, ਆਪਣੀ ਰਾਏ ਸਾਨੂੰ ਜ਼ਰੂਰ ਭੇਜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰ ਨੂੰ ਸ਼ਿਕਾਰੀ ਦਾ ਦੇ ਹੱਥ ਪੈ ਜਾਵੇ, ਕਾਹਦਾ ਉਹ ਸ਼ੇਰ ਜਿਹੜਾ ਚੁੱਪ ਰਹਿ ਜਾਵੇ। ਪੁੱਤ ਮੇਰੇ ਭੁੱਲਦੇ ਨਾ ਕਦੇ ਬੈਰ ਨੂੰ, 21 ਸਾਲੀ ਚੱਕ ਲੈਂਦੇ ਉਡਵੈਰ ਨੂੰ। ਅੱਖਾਂ ਤੇ ਬਾਰ ਮੇਰੇ ਲਾਲ ਸਹਿੰਦੇ ਨਾ, ਭਾਜੀਆਂ ਮੋੜਨ ਤੀਕ ਚੁੱਪ ਬਹਿੰਦੇ ਨਾ। ਸ਼ੇਰ ਨੂੰ ਸ਼ਿਕਾਰੀ ਦਾ ਦੇ ਹੱਥ ਪੈ ਜਾਵੇ, ਕਾਹਦਾ ਉਹ ਸ਼ੇਰ ਜਿਹੜਾ ਚੁੱਪ ਰਹਿ ਜਾਵੇ। ਪੁੱਤ ਮੇਰੇ ਭੁੱਲਦੇ ਨਾ ਕਦੇ ਬੈਰ ਨੂੰ, 21 ਸਾਲੀ ਚੱਕ ਲੈਂਦੇ ਉਡਵੈਰ ਨੂੰ। ਅਣਖਾਂ ਤੇ ਬਾਰ ਮੇਰੇ ਲਾਲ ਸਹਿੰਦੇ ਨਾ, ਭਾਜੀਆਂ ਮੋੜਨ ਤੀਕ ਚੁੱਪ ਬਹਿੰਦੇ ਨਾ।